ਕਾਲੀਆਂ ਝੰਡੀਆਂ ਨਾਲ ਬਹੁਤ ਵੱਡਾ ਵਿਖਾਵਾ ਹੋ ਰਿਹਾ, ਉਹ ਵੀ ਇਸੇ ਹੀ ਧਰਤੀ ਉੱਤੇ ਮੈਂ ਕਹੂੰਗਾ। ਔਰ ਜਦੋਂ ਇਹ ਵਾਰ ਵਾਰ ਬਾਦਲ ਸਾਹਿਬ ਨੂੰ ਕਹਿੰਦੇ ਆ ਤੇ ਮੈਂ ਤਾਂ ਇੱਕੋ ਗੱਲ ਜਵਾਬ ਦਿਆਂਗਾ ਜੀ, ਪੱਥਰ ਉਸੇ ਵਰਿਕਸ਼ ਨੂੰ ਪੈਂਦੇ ਆ ਜਿੱਥੇ ਫਲ ਹੁੰਦੇ ਆ। ਬੇਅਦਬੀਆਂ ਹੋਈਆਂ ਗੁਰੂ ਮਹਾਰਾਜ ਦੀਆਂ ਜਿਹੜੀਆਂ ਅਜੇ ਵੀ ਰੁਕਣ ਦਾ ਨਾਲ ਨਹੀਂ ਰਹਿ ਰਹੀਆਂ, 10 ਸਾਲ ਦਾ ਕਾਰਜਭਾਰ ਰਿਹਾ ਤੁਹਾਡੀ ਸਰਕਾਰ ਦਾ ਮੈਂ ਕਹੂੰਗਾ। ਜਿਹੜਾ ਵੀ ਬੰਦਾ ਮੈਂ ਕਹਿੰਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰੇਗਾ, ਉਹ ਚਾਹੇ ਰਾਜਾ ਹੈ ਚਾਹੇ ਰੰਕ ਹੈ, ਉਹ ਕਦੀ ਬਖਸ਼ਿਆ ਨਹੀਂ ਜਾਏਗਾ। ਸਾਡੇ ਅਕਾਲੀ ਦਲ ਦਾ ਸੀ ਨਾ ਸਰ, ਮੰਨਣਾ ਤੁਹਾਡੇਗਾ ਕਿ ਰਾਹੁਲ ਗਾਂਧੀ ਨੂੰ ਲੈ ਗਏ ਬਰਗਾੜੀ ਜੀ, ਕਿਹਨੂੰ ਲੈ ਗਏ ਬਰਗਾੜੀ, ਜਿਹਨੇ ਕਤਲੇਆਮ ਜਿਹਦੇ ਪਿਓ ਨੇ ਕਰਾਇਆ, ਜਿਹੜਾ ਸਾਡੇ ਲੀਡਰ ਦਾ ਕਾਲਾ ਧਨ ਬਾਹਰ ਗਿਆ ਸੀ, ਇਹ ਕੋਹ ਕਾਲੇ ਧਨ ਦੀ ਵੀ ਗੱਲ ਹੋਈ ਸੀ ਕਿ ਵਾਪਸ ਆਊਗਾ ਸਾਰਾ ਕਾਂਗਰਸੀ ਦਾ, ਤੇ ਫਿਰ ਸਰਕਾਰ ਤੁਹਾਡੀ ਸੀ, ਆਇਆ ਕਿਉਂ ਨਹੀਂ ਵਾਪਸ? ਮੇਰੀ ਗੱਲ ਧਿਆਨ ਨਾਲ ਸੁਣੋ ਫਿਰ ਕਿ ਜਿਹੜਾ ਪੈਸਾ ਕਾਂਗਰਸੀਆਂ ਦਾ 64 ਸਾਲ ਤੱਕ ਲੱਗਦਾ ਰਿਹਾ ਉੱਥੇ, ਪਹਿਲੇ ਉਹਨੂੰ ਪ੍ਰੂਫ ਕਰਨ 'ਚ 10 ਸਾਲ ਚਾਹੀਦੇ ਨੇ। ਕਿਤੇ ਨਾ ਕਿਤੇ ਜਦੋਂ ਲੋਕਾਂ ਨਾਲ ਗੱਲ ਕੀਤੀ ਜਾਂਦੀ, ਉਹ ਕਿਹਾ ਜਾਂਦਾ ਕਿ ਬਹੁਤ ਕਮੀਆਂ ਰਹਿ ਚੁੱਕੀਆਂ ਵਾ ਬਠਿੰਡੇ ਦੇ ਵਿੱਚ, ਥੋੜ੍ਹੇ ਬਹੁਤ ਕਿਸੇ ਗੱਲੋਂ ਨਾਰਾਜ਼ ਹੁੰਦੇ ਨੇ ਜਾਂ ਉਲਟ ਪਾਰਟੀਆਂ ਦੇ ਬੰਦੇ ਹੁੰਦੇ ਨੇ, ਦੂਸਰੀਆਂ ਪਾਰਟੀਆਂ ਦੇ ਹੁੰਦੇ ਨੇ, ਉਹਨਾਂ ਨੇ ਤਾਂ ਇਹ ਗੱਲ ਕਹਿਣੀ ਹੁੰਦੀ ਹੈ ਵੀ ਆਹ ਕਮੀਆਂ ਰਹਿ ਗਈਆਂ। ਜਿੰਨਾ ਵੀ ਦਿੱਲੀ ਕਮੇਟੀ 'ਚ ਇਸਲੇ ਮੈਂਬਰ ਸਾਹਿਬਾਨ ਨੇ, ਉਹ ਸਾਰੇ ਵਰਕਰ ਤੇ ਅਕਾਲੀ ਦਲ ਦੇ ਨੇ ਨਾ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ, ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ। ਤੇ ਬਠਿੰਡੇ ਦੇ ਵਿੱਚ ਬੀਬਾ ਹਰਸਿਮਰਤ ਕੌਰ ਬਾਦਲ, ਰਾਜਾ ਵੜਿੰਗ, ਸੁਖਪਾਲ ਸਿੰਘ ਖਹਿਰਾ ਤੇ ਬੀਬੀ ਬਲਜਿੰਦਰ ਕੌਰ ਆਮ ਆਦਮੀ ਪਾਰਟੀ ਤੋਂ, ਅਕਾਲੀ ਦਲ ਭਾਜਪਾ ਦਾ ਗੱਠਜੋੜ, ਤੇ ਜੇ ਆਪਾਂ ਪੀੜੀ ਦੇ ਅਲਾਇੰਸ ਦੀ ਗੱਲ ਕਰਦੇ ਹਾਂ, ਸੁਖਪਾਲ ਸਿੰਘ ਖਹਿਰਾ ਹੈਗੇ ਆ, ਕਾਂਗਰਸ ਪਾਰਟੀ ਤੋਂ ਰਾਜਾ ਵੜਿੰਗ, ਆਪੋ ਆਪਣੀਆਂ ਦਾਅਵੇਦਾਰੀਆਂ ਸਾਰੇ ਕਰ ਰਹੇ ਹੈਗੇ ਆ ਆਪਣੇ ਨਾਲ ਇਸ ਟਾਈਮ ਦੇ ਉੱਤੇ। ਅਕਾਲੀ ਦਲ ਦੇ ਕੋਲ ਵਰਕਰ ਸਾਹਿਬਾਨ ਹੈਗੇ ਆ ਦਿੱਲੀ ਤੋਂ, ਜਤਿੰਦਰ ਸਿੰਘ ਸ਼ੈਂਟੀ ਜੀ ਜਿਹੜੇ ਕਿ ਵਿਸ਼ੇਸ਼ ਤੌਰ 'ਤੇ ਇੱਥੇ ਪਹੁੰਚੇ ਹੈਗੇ ਆ, ਵਰਿੰਦਰ ਸ਼ਰਮਾ ਜੀ ਜਿਹੜੇ ਕਿ ਲੋਕਲ ਇੱਥੋਂ ਬਠਿੰਡੇ ਤੋਂ ਹੈਗੇ, ਉਹਨਾਂ ਨਾਲ ਗੱਲਬਾਤ ਕਰਾਂਗੇ। ਪਹਿਲਾਂ ਸ਼ੈਂਟੀ ਜੀ ਨਾਲ ਗੱਲ ਕਰਦੇ ਹਾਂ। ਸ਼ੈਂਟੀ ਜੀ, ਕੀ ਲੱਗਦਾ 10 ਸਾਲ ਦਾ ਕਾਰਜਕਾਲ ਅਕਾਲੀ ਦਲ ਨੇ ਭੋਗਿਆ ਹੈਗਾ ਵਾ, ਅਤੇ 2.5 ਸਾਲ ਦਾ ਇਸ ਟਾਈਮ ਦੇ ਉੱਤੇ ਦੁਬਾਰਾ ਕਾਂਗਰਸ ਦੇ ਕੋਲ ਚਲਾ ਗਿਆ ਹੈਗਾ? ਬੜੇ ਬੜੇ ਵੱਡੇ ਵੱਡੇ ਵਾਅਦੇ ਕੀਤੇ ਜਾਂਦੇ ਆ, ਪੰਜਾਬ ਨੂੰ ਕੈਲੀਫੋਰਨੀਆ ਬਣਾਉਣ ਦੀ ਗੱਲ ਚੱਲਦੀ ਹੈਗੀ ਆ, ਕਈ ਕੁਛ ਵਾਅਦੇ ਸੀ, ਇਸ ਟਾਈਮ ਜਦੋਂ ਜਦ ਬਹੁਤ ਵੱਡੀ ਫਿਰ ਵੀ ਕਰਨੀ ਪੈ ਰਹੀ ਹੈ। ਦੇਖੋ, ਇਸ ਵਾਰੀ ਜਿਹੜਾ ਇਲੈਕਸ਼ਨ ਹੈ, ਲੋਕ ਸਭਾ ਦਾ ਇਲੈਕਸ਼ਨ ਹੈ ਜੀ, ਪਹਿਲੀ ਗੱਲ ਤਾਂ ਕੋਈ MC ਦਾ ਇਲੈਕਸ਼ਨ ਨਹੀਂ ਹੈ, MLA ਇਲੈਕਸ਼ਨ ਨਹੀਂ ਹੈ। 10 ਸਾਲਾਂ ਦੇ ਵਿੱਚ ਬਠਿੰਡਾ ਦੇ ਵਿੱਚ ਜੋ ਵਿਕਾਸ ਹੋਇਆ ਇਹ ਇਤਿਹਾਸਿਕ ਵਿਕਾਸ ਹੈ ਜੀ। ਹੋਰ ਵੀ ਸ਼ਹਿਰ ਹੈ ਨਾਲ ਲੱਗਦੇ ਹੋਏ, ਲੇਕਿਨ ਉੱਥੇ ਇੰਨਾ ਵਿਕਾਸ ਨਹੀਂ ਹੋਇਆ। ਏਮਸ ਵਰਗੀ ਫੈਸਿਲਿਟੀ ਮਿਲ ਜਾਣਾ, ਏਮਸ ਬਣ ਜਾਣਾ ਇੱਕ ਬਹੁਤ ਵੱਡੀ ਫੈਸਿਲਿਟੀ ਹੈ, ਆਲ ਇੰਡੀਆ ਮੈਡੀਕਲ ਇੰਸਟੀਟਿਊਟ, ਕਿਉਂਕਿ ਉਹਦੇ ਵਿੱਚ ਕੀ ਹੈ ਕਿ ਇੱਥੇ ਲੱਖਾਂ ਲੋਕਾਂ ਨੂੰ ਰੋਜ਼ਗਾਰ ਮਿਲੇਗਾ, ਲੱਖਾਂ ਲੋਕਾਂ ਨੂੰ ਇਲਾਜ ਮਿਲੇਗਾ, ਲੱਖਾਂ ਲੋਕਾਂ ਨੂੰ ਇੱਥੇ ਬੱਚਿਆਂ ਨੂੰ ਪੜ੍ਹਾਈ ਕਰਨ ਨੂੰ ਮਿਲੇਗੀ ਮੈਡੀਕਲ ਦੀ, ਅਤੇ ਇਹ ਬੜੀ ਵੱਡੀ ਸੋਚ ਹੈ ਜੀ। ਏਅਰਪੋਰਟ ਬਣ ਜਾਣਾ, ਇਹ ਬਹੁਤ ਵੱਡੀ ਸੋਚ ਹੈ ਜੀ। ਇੱਥੇ ਸਟੇਡੀਅਮ ਬਣ ਜਾਣਾ, ਖੇਲ ਦੇ ਮੈਦਾਨ ਬਣ ਜਾਣੇ, ਫਿਰ ਬੱਚਿਆਂ ਦੇ ਰੋਜ਼ਗਾਰ ਵਾਸਤੇ ਇਹਨਾਂ ਨੇ ਛੋਟੇ ਛੋਟੇ ਕਿਓਸਕ ਬਣਾਏ ਆ, ਜਿਹੜਾ ਮੈਂ ਦੇਖ ਰਿਹਾ ਸੀ ਇਹਨਾਂ ਲਿਸਟ ਦੇ ਵਿੱਚ। ਇੱਥੇ ਕੰਮ ਤਾਂ ਬਹੁਤ ਕੀਤੇ ਜੀ ਬੀਬਾ ਜੀ ਨੇ, ਇਹਨਾਂ ਨੂੰ ਸਮਝ ਲਓ ਕਿ ਸੜਕਾਂ ਇੱਥੋਂ ਚੰਡੀਗੜ੍ਹ ਪਹਿਲੇ 5 ਘੰਟੇ ਲੱਗਦੇ ਸੀ ਜੀ, ਹੁਣ ਕਿਤੇ 2-2.5 ਘੰਟੇ 'ਚ ਕੰਮ ਹੋ ਜਾਂਦਾ ਜੀ, 2 ਘੰਟੇ 'ਚ ਪਹੁੰਚ ਜਾਂਦਾ। ਹੈਲਥ ਦੀ ਗੱਲ ਕੀਤੀ ਆ ਜਤਿੰਦਰ ਸਿੰਘ ਸ਼ੈਂਟੀ ਜੀ, ਮੈਂ ਇੱਕ ਵਾਰੀ ਦੁਬਾਰਾ ਸੰਘ ਨੂੰ ਦੱਸਦਾ ਕਿ ਸ਼ੈਂਟੀ ਜਿਹੜੇ ਕਿ ਦਿੱਲੀ ਤੋਂ ਵਿਧਾਇਕ ਰਹਿ ਚੁੱਕੇ ਹੈਗੇ ਆ, ਸਾਬਕਾ ਵਿਧਾਇਕ ਹੈਗੇ ਆ, ਅਤੇ ਇਸ ਟਾਈਮ ਦੇ ਉੱਤੇ ਬੀਬਾ ਹਰਸਿਮਰਤ ਕੌਰ ਦਾ ਪ੍ਰਚਾਰ ਕਰਨ ਵਾਸਤੇ ਆਏ ਆ। ਤੁਸੀਂ ਗੱਲ ਕੀਤੀ ਕਿ ਹੈਲਥ ਦੀ, ਪਰ ਜੇ ਹੈਲਥ ਤੌਰ 'ਤੇ ਦੇਖਿਆ ਜਾਵੇ ਤਾਂ ਕੈਂਸਰ ਵੀ ਜ਼ਿਆਦਾ ਜਿਹੜੀ ਹੈਗੀ ਆ ਇਸ ਟਾਈਮ ਬਠਿੰਡੇ ਇਲਾਕੇ 'ਚ ਹੈਗੀ ਆ, ਬਿਲਕੁਲ ਇਸ ਟਾਈਮ ਦੇ ਉੱਤੇ ਜਿੱਥੇ ਬਾਦਲਾਂ ਦਾ ਗੜ੍ਹ ਹੈਗਾ ਵਾ, ਜਿੱਥੇ ਇਸ ਟਾਈਮ ਬੀਬਾ ਹਰਸਿਮਰਤ ਕੌਰ ਬਾਦਲ ਉਮੀਦਵਾਰ ਦਾਅਵੇਦਾਰੀਆਂ ਕੀਤੀਆਂ ਜਾ ਰਹੀਆਂ, ਇੱਥੇ ਬੜੀਆਂ ਵੱਡੀਆਂ ਬਿਮਾਰੀਆਂ ਵੀ ਉੱਭਰ ਕੇ ਸਾਹਮਣੇ ਆ ਰਹੀਆਂ। ਸਰ, ਏਮਸ ਜਿਹੜਾ ਹੈ ਉਹਦੇ ਅੰਦਰ ਸਭ ਤੋਂ ਵੱਡਾ ਇਲਾਜ ਹੀ ਕੈਂਸਰ ਦਾ ਹੈਗਾ, ਕਿਉਂਕਿ ਉਹਦੇ 'ਚ ਕੈਂਸਰ ਦਾ ਇੰਸਟੀਟਿਊਟ ਬਣੇਗਾ ਨਾਲ ਦੇ ਨਾਲ ਹੀ, ਔਰ ਜਿਹੜਾ ਇਲਾਜ ਲੱਖਾਂ ਰੁਪਏ 'ਚ ਹੁੰਦਾ, 10 ਤੋਂ 15-20 ਲੱਖ ਲੋਕਾਂ ਦੇ ਘਰ ਵਿਕ ਜਾਂਦੇ ਆ ਜੀ, ਉਹ ਇਲਾਜ ਇੱਥੇ ਫਰੀ ਹੋਣਾ ਹੈ, 2 ਰੁਪਏ ਦੀ ਰਸੀਦ ਕੱਟ ਕੇ ਆਉਣਾ। ਮੈਂ ਸਮਝਣਾ ਇਹ ਜਿਹੜੀ ਸੋਚ ਹੈ ਨਾ ਉੱਤੋਂ ਚੱਲੀ ਆ ਜੀ। ਮੋਦੀ ਸਾਹਿਬ ਨੇ 5 ਸਾਲ ਦੇ ਵਿੱਚ ਜਿਹੜੇ ਕੰਮ ਸ਼ੁਰੂ ਕੀਤੇ ਆ, 5 ਲੱਖ ਰੁਪਇਆ ਪ੍ਰਾਈਵੇਟ ਜੀ ਤੁਸੀਂ ਕੋਈ ਇਲਾਜ ਕਰਾ ਰਹੇ ਹੋ ਤਾਂ 5 ਲੱਖ ਤੱਕ ਦਾ ਉਹ ਪੈਸਾ ਸਰਕਾਰ ਦਿੰਦੀ ਹੈ ਜੀ, ਲੋਕਾਂ ਤੱਕ ਪਹੁੰਚਿਆ ਹੈ ਜੀ, ਪਹੁੰਚਿਆ, ਰਿਕਾਰਡ ਹੈਗੇ ਆ, ਉਹ ਤਾਂ ਝੂਠਾ ਤਾਂ ਕੰਮ ਹੋ ਹੀ ਨਹੀਂ ਸਕਦਾ, ਆਧਾਰ ਕਾਰਡ ਲੱਗਦਾ ਉਹਦੇ 'ਚ। ਉਸ ਤੋਂ ਬਾਅਦ ਸਭ ਤੋਂ ਵੱਡੀ ਗੱਲ ਹੈ ਕਿ ਇੱਕ ਬੈਂਕ ਅਕਾਊਂਟ ਖੁਲਾਉਣ ਵਾਸਤੇ ਗਰੀਬ ਆਦਮੀ ਜਾਂਦਾ ਸੀ, ਧੱਕੇ ਖਾਂਦਾ ਸੀ, ਉਹਨੂੰ ਬੈਂਕ 'ਚ ਵੜਨ ਨੂੰ ਕੋਈ ਨਹੀਂ ਦਿੰਦਾ ਸੀ, ਹੁਣ ਘਰੋਂ ਬੁਲਾ ਕੇ ਲਿਆਉਂਦੇ ਆ ਜੀ ਅਕਾਊਂਟ ਖੋਲੋ ਜੀ। ਇੱਕ ਸਿਲੰਡਰ ਲੈਣਾ ਸੀ 200 ਰੁਪਏ ਸਾਨੂੰ ਰਿਸ਼ਵਤ ਦੇਣੀ ਪੈਂਦੀ ਸੀ, ਆਹ ਸਿਲੰਡਰ ਵਾਲੇ ਚੱਲ ਕੇ ਆ ਰਹੇ ਜੀ ਘਰ, ਪਾਈਪ ਲਾਈਨ ਲਗਾ ਰਹੇ ਆ ਜੀ, ਛੋਟੇ ਸਿਲੰਡਰ ਦੇ ਰਹੇ ਆ ਜੀ, ਇਹ ਬੜੀ ਚੀਜ਼ ਵੱਧ ਹੈਗੇ ਨੇ ਜਿਹੜੇ ਜਨਤਾ ਨੂੰ ਪਤਾ ਨਹੀਂ ਹੈਗੇ ਸੀ। ਇਲਾਜ ਦੀ ਤੁਸੀਂ ਗੱਲ ਦੱਸੀ, ਅਤੇ ਅੱਜ ਅਗਰ ਜਿਵੇਂ ਕੈਂਸਰ ਦਾ ਜਾਂ ਕਿਸੇ ਨੇ ਕਿਡਨੀ ਦਾ ਇਲਾਜ ਕਰਾਉਣਾ, ਖਰਚਾ ਬਹੁਤ ਜ਼ਿਆਦਾ, ਇੱਕ ਫੋਰਮ ਭਰੇ, MP ਦੇ ਸਾਈਨ ਹੋਣ, 5 ਲੱਖ ਰੁਪਏ ਉਹਦੇ ਬੈਂਕ 'ਚ ਆ ਜਾਂਦਾ ਜੀ, ਇਹ ਬਹੁਤ ਬੜੇ ਅੱਛੇ ਕੰਮ ਨੇ ਜੀ। ਇਹਦੇ ਇਲਾਵਾ ਇੰਸ਼ੋਰੈਂਸ, 12 ਰੁਪਏ ਦੇ ਵਿੱਚ ਇੰਸ਼ੋਰੈਂਸ ਜੀ, ਵਾਹਿਗੁਰੂ ਨਾ ਕਰੇ ਕੋਈ ਡੈਥ ਹੋ ਜਾਂਦੀ ਕਿਸੇ ਦੀ, ਕੁਛ ਹੋ ਜਾਂਦਾ, ਅਤੇ ਉਹਨੂੰ ਉਹਦੀ ਪ੍ਰੋਪਰ ਇੰਸ਼ੋਰੈਂਸ ਮਿਲਦੀ ਹੈ। ਮੈਂ ਸਮਝਦਾ ਕਿ ਇਹ ਸੋਚ ਮੋਦੀ ਸਾਹਿਬ ਦੀ ਜਿਹੜੀ ਹੈ ਨਾ, ਅੱਜ ਜਨਤਾ ਦੇ ਅੰਦਰ ਤੱਕ ਜਾ ਚੁੱਕੀ। ਅਸੀਂ ਘਰੇ ਘਰੇ ਜਾ ਰਹੇ ਬਠਿੰਡਾ ਦੇ ਵਿੱਚ, ਮੇਰੇ ਕੋਲ 131 ਨੰਬਰ ਵਾਰਡ ਹੈ, 131 ਨੰਬਰ ਬੂਥ ਹੈ, ਜਦੋਂ ਮੈਂ ਘਰੇ ਲੋਕਾਂ ਦੇ
ਸ਼ੈਂਟੀ ਜੀ, ਤੁਸੀਂ ਨਾਰੇ ਦੀ ਗੱਲ ਕੀਤੀ ਹੈਗੀ ਆ, ਕਿਤੇ ਕਾਲੀਆਂ ਝੰਡੀਆਂ ਨਾਲ ਬਹੁਤ ਵੱਡਾ ਵਿਖਾਵਾ ਹੋ ਰਿਹਾ, ਉਹ ਵੀ ਇਸੇ ਹੀ ਧਰਤੀ ਦੇ ਉੱਤੇ ਮੈਂ ਕਹੂੰਗਾ, ਕਿਉਂਕਿ ਜਾਂ ਬਾਦਲ ਸਾਹਿਬ ਦੇ ਜਿਹੜਾ ਫਿਰੋਜ਼ਪੁਰ ਹਲਕਾ ਹੈਗਾ ਉੱਥੇ, ਅਤੇ ਜਾਂ ਬਠਿੰਡੇ ਦੀ ਧਰਤੀ ਦੇ ਉੱਤੇ ਵੀ ਕਾਲੀਆਂ ਝੰਡੀਆਂ ਦੇ ਨਾਲ ਵੀ ਰੋਸ ਮਾਰਚ ਹੋ ਰਹੇ ਆ, ਉਹਨਾਂ ਨੂੰ ਕਿਵੇਂ ਲੈਣਾ? ਦੇਖੋ, ਡੈਮੋਕ੍ਰੇਸੀ ਹੈ, ਇਹ ਲੋਕਾਂ ਦੇ ਰਾਈਟਸ ਹੈਗੇ ਫੰਡਾਮੈਂਟਲ, ਉਹ ਕਰ ਸਕਦੇ ਆ ਪ੍ਰੋਟੈਸਟ, ਔਰ ਪ੍ਰੋਟੈਸਟ ਉੱਥੇ ਹੁੰਦਾ ਜਿੱਥੇ ਕੋਈ ਕੰਮ ਹੁੰਦਾ, ਜਿੱਥੇ ਕੋਈ ਕੰਮ ਹੀ ਨਾ ਕੀਤਾ, ਘਰੇ ਸੁੱਤਾ ਹੋਏ। ਦੇਖੋ, ਬੁਰਾਈ ਉਹਦੀ ਹੁੰਦੀ ਹੈ ਜਿਹੜਾ ਬੰਦਾ ਬਹੁਤ ਉੱਤੇ ਨੂੰ ਜਾ ਰਿਹਾ ਹੁੰਦਾ, ਚੰਗਾ ਹੁੰਦਾ। ਅੱਜ ਸਿੱਧੂ ਹਰ ਜਗ੍ਹਾ ਬਾਦਲ ਸਾਹਿਬ ਦੀ ਬੁਰਾਈ ਕਿਉਂ ਕਰਦਾ? ਸੋਚੋ ਗੱਲ ਨੂੰ ਤੁਸੀਂ, ਰਾਹੁਲ ਗਾਂਧੀ ਮੋਦੀ ਦੀ ਬੁਰਾਈ ਕਿਉਂ ਕਰਦਾ? ਕਿਉਂਕਿ 5 ਸਾਲ ਦੇ ਵਿੱਚ ਮੋਦੀ ਸਾਹਿਬ ਦੇ ਉੱਤੇ ਕੋਈ ਲਾਂਛਣ ਹੀ ਨਹੀਂ ਲਾ ਸਕੇ, ਇੱਕ ਬਲੇਮ ਨਹੀਂ ਆਇਆ ਜੀ। ਇਹਨਾਂ ਦੇ ਟਾਈਮ 'ਚ ਦੁਨੀਆ ਭਰ ਦੇ ਘੁਟਾਲੇ ਹੋਏ, ਜਿੱਥੇ ਤੱਕ ਗੱਲ ਕਰਦੇ ਹਾਂ ਕਿ ਰਾਹੁਲ ਗਾਂਧੀ ਨੂੰ ਲੈ ਗਏ ਬਰਗਾੜੀ ਜੀ, ਕਿਹਨੂੰ ਲੈ ਗਏ ਬਰਗਾੜੀ? ਜਿਹਨੇ ਕਤਲੇਆਮ ਜਿਹਦੇ ਪਿਓ ਨੇ ਕਰਾਇਆ ਪੂਰੇ ਹਿੰਦੁਸਤਾਨ ਦੇ ਵਿੱਚ, ਰਾਸ਼ਟਰੀ ਰਾਜਧਾਨੀ ਦਿੱਲੀ ਦੇ ਵਿੱਚ ਕਤਲੇਆਮ ਹੋਇਆ। ਬੁਲਡੋਜ਼ਰ ਕਿਹਨੇ ਚਲਵਾਇਆ ਜੀ? ਸਾਡੇ ਦਰਬਾਰ ਸਾਹਿਬ ਉੱਤੇ ਜੀ, ਕਾਂਗਰਸ ਨੇ ਚਲਵਾਇਆ ਜੀ। ਅਤੇ ਉਸ ਪਾਰਟੀ ਦੇ ਆਗੂ ਨੂੰ ਬਰਗਾੜੀ ਲਿਜਾ ਕੇ ਧਰਮ ਦੀਆਂ ਗੱਲਾਂ ਕਰ ਰਹੇ, ਸਰੋਪੇ ਪਾ ਰਹੇ ਆ, ਉਹ ਨਾਰਾ ਲਾ ਰਿਹਾ ਉੱਥੇ, ਜਕਾਰਾ ਲਾ ਰਿਹਾ ਬੋਲੇ ਸੋਨਿਆਲ। ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਕਿ ਅਸੀਂ ਕਰ ਕੇ ਰਹੇ ਹਾਂ, ਕਾਤਲਾਂ ਦੇ ਹੱਥਾਂ 'ਚ ਆਪਣੀ ਕੌਮ ਨੂੰ ਦੇਣਾ ਚਾਹੁੰਦੇ ਹਾਂ ਅਸੀਂ। ਇਹਨਾਂ ਨੇ 2 ਕਾਨੂੰਨ ਕਿਵੇਂ ਬਣਾ ਤੇ? ਇੱਕ ਕਾਨੂੰਨ ਸਲਮਾਨ ਖਾਨ ਹੀਰਨ ਮਾਰੇ ਅਤੇ 2 ਵਾਰ ਜੇਲ੍ਹ ਜਾਏ, ਦੂਜਾ ਕਾਨੂੰਨ ਕਿ 5000 ਕਾਤਲਾਂ ਦੇ ਕਾਤਲ ਮੈਂ ਗੱਲ ਕਰ ਰਿਹਾ, ਕਤਲੇਆਮ ਸੀ, ਦੰਗਾ ਨਹੀਂ ਸੀ, ਉਹ ਕਾਤਲ ਸੜਕਾਂ 'ਤੇ ਘੁੰਮ ਰਹੇ ਨੇ, VIP ਸਿਕਿਉਰਿਟੀ ਮਿਲ ਰਹੀ ਹੈ ਉਹਨਾਂ ਨੂੰ, VIP ਗੱਡੀਆਂ ਮਿਲੀਆਂ, MP ਬਣੇ, ਮਿਨਿਸਟਰ ਬਣੇ, ਕਿਹਨੇ ਬਣਾਏ? ਕਾਂਗਰਸ ਨੇ ਬਣਾਏ। ਔਰ ਇਹ ਕਹਿੰਦੇ ਜੀ ਅਸੀਂ ਬੜੀਆ ਨਾਨਾਵਤੀ ਕਮਿਸ਼ਨ ਬਣਾਇਆ, ਇਹ ਕੀਤਾ, ਉਹ ਕੀਤਾ, ਉਹ ਸੋਰੀ ਤੋਂ ਅੱਜ ਤੱਕ ਤੁਸੀਂ ਤੁਹਾਨੂੰ ਕੱਢਿਆ ਨਹੀਂ ਪਾਰਟੀ 'ਚੋਂ, ਅੱਜ ਵੀ ਜਗਦੀਸ਼ ਟਾਈਟਲ ਕਾਂਗਰਸ ਪਾਰਟੀ ਦੇ ਅੰਦਰ ਹੈ। ਸੱਜਣ ਕੁਮਾਰ 34 ਸਾਲ ਬਾਅਦ ਕਿਵੇਂ ਗਿਆ ਜੇਲ੍ਹ? ਮੋਦੀ ਸਾਹਿਬ ਨੇ ਕਿਹਾ ਸੀ SIT ਬਣਾਵਾਂਗਾ, ਚਾਹੇ 10 ਬੰਦੇ ਅਪੀਲ ਕਰਨ, ਔਰ 11 ਬੰਦਿਆਂ ਨੇ ਅਪੀਲ ਕੀਤੀ ਕੁੱਲ, ਔਰ ਉਹ ਕੇਸ ਰਜਿਸਟਰਡ ਹੋਇਆ ਔਰ ਉਹ ਜੇਲ੍ਹ ਵਿੱਚ ਗਿਆ। ਹੁਣ ਅਗਲੀ ਵਾਰੀ ਟਾਈਟਲਰ ਦੀ ਹੈਗੀ ਹੈ। ਮੋਦੀ ਸਾਹਿਬ ਨੇ ਕਿਹਾ ਸੀ ਕਿ 84 ਦੇ ਕਾਤਲਾਂ ਦੇ ਜਿਹੜੇ ਬੱਚੇ ਹਲਾਕ ਹੋਏ ਆ, ਜਿਹੜਾ ਪਰਿਵਾਰ ਜਿਹੜੇ ਹੈਗੇ ਸਫਰਰ, ਉਹਨਾਂ ਨੂੰ ਮੈਂ ਫੰਡਸ ਦਿਆਂਗਾ, 5-5 ਲੱਖ ਰੁਪਇਆ ਦਿੱਲੀ ਦੇ ਵਿੱਚ ਵੀ ਅਤੇ ਕਾਨਪੁਰ ਦੇ ਵਿੱਚ ਵੀ। ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਾਂਗਰਸੀਆਂ ਨੂੰ ਕਿ ਪੂਰੇ ਵਿਸ਼ਵ ਦੇ ਵਿੱਚ ਇੱਕ ਵਿਧਵਾ ਕਲੋਨੀ ਹੈ ਜੀ, ਇੱਕ ਵਿਧਵਾ ਕਲੋਨੀ ਹੈ, ਔਰ ਉਹ ਤਿਲਕ ਨਗਰ 'ਚ ਹੈ ਜੀ, ਤਿਲਕ ਵਿਹਾਰ ਦੇ ਵਿੱਚ। ਕਿਉਂ ਹੈ? ਕਾਂਗਰਸ ਦਾ ਰਾਜ ਸੀ, ਤੁਸੀਂ ਮਰਵਾਇਆ, ਇੱਕੋ ਜਿਹੇ ਮਸਾਲੇ ਸੁੱਟ ਕੇ, ਇੱਕੋ ਜਿਹੇ ਹਥਿਆਰ ਦੇ ਕੇ, ਘਰੋ ਘਰੀ ਬੱਚਿਆਂ ਨੂੰ ਕੱਢ ਕੇ ਗਲਾਂ 'ਚ ਟਾਇਰ ਪਾ ਕੇ ਮਾਰਿਆ। ਅੱਜ ਉਹ ਕਾਂਗਰਸ ਦੇ ਆਗੂ ਨੂੰ ਲੈ ਕੇ ਜਦੋਂ ਬਰਗਾੜੀ ਦਾ ਨਾਮ ਚੁੱਕਦੇ ਨੇ, ਆਪਣੀ ਬਦਨਾਮੀ ਆਪ ਕਰਾ ਰਹੀ ਜੀ ਕਾਂਗਰਸ। ਜੀ, ਪੰਜਾਬ ਦੇ ਵਿੱਚ ਜਦੋਂ ਵੀ ਇਲੈਕਸ਼ਨ ਹੁੰਦੀ ਆ, ਕੋਈ ਵੀ ਇਲੈਕਸ਼ਨ ਹੁੰਦੀ, 84 ਦਾ ਮੁੱਦਾ ਹਮੇਸ਼ਾ ਭਾਰੂ ਰਿਹਾ। ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਨਹੀਂ ਕਿ ਇਸ ਟਾਈਮ 'ਤੇ ਬੇਅਦਬੀਆਂ ਦਾ ਮਸਲਾ ਬਹੁਤ ਭਾਰੂ ਹੈਗਾ ਵਾ? ਬੇਅਦਬੀਆਂ ਹੋਈਆਂ ਗੁਰੂ ਮਹਾਰਾਜ ਦੀਆਂ, ਜਿਹੜੀਆਂ ਅਜੇ ਵੀ ਰੁਕਣ ਦਾ ਨਾਂ ਨਹੀਂ ਰਹਿ ਰਹੀਆਂ। 10 ਸਾਲ ਦਾ ਕਾਰਜਭਾਰ ਰਿਹਾ ਤੁਹਾਡੀ ਸਰਕਾਰ ਦਾ, ਮੈਂ ਕਹੂੰਗਾ, ਕਿਉਂਕਿ ਭਾਈਵਾਲ ਹੋ ਤੁਸੀਂ, ਅਕਾਲੀ ਦਲ ਦੇ ਮੈਂਬਰ ਹੈਗੇ ਆ ਤੁਸੀਂ। ਜੇ ਹੁਣ ਵੀ ਗੱਲ ਕਰੀਏ, 2.5 ਸਾਲ ਦਾ ਕਾਰਜਕਾਲ ਹੈਗਾ ਵਾ ਕੈਪਟਨ ਸਾਹਿਬ ਦਾ? ਸਰ, ਮੈਂ ਤਾਂ ਪਹਿਲੇ ਹੀ ਕਹਿ ਰਿਹਾ ਕਿ ਇਤਿਹਾਸ ਕਦੀ ਭੁੱਲਦੇ ਨਹੀਂ ਹੈ ਜਨਤਾ ਜੀ, ਮਿਥਿਹਾਸ ਔਰ ਇਤਿਹਾਸ ਦੋਨੋਂ ਭੁੱਲਦੇ ਨਹੀਂ ਹੈ ਜੀ। ਅਸੀਂ ਕਿਵੇਂ ਭੁੱਲ ਸਕਦੇ ਹਾਂ ਕਿ 84 ਦੇ ਜਦੋਂ ਰਾਇਟਸ ਹੋਏ ਨੇ, 84 ਦਾ ਜੋ ਕਤਲੇਆਮ ਹੋਇਆ, ਸਾਡੇ ਗੁਰਦੁਆਰਿਆਂ ਦੇ ਵਿੱਚੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਕੱਢ ਕੇ ਲੋਕਾਂ ਦੇ ਸਾਹਮਣੇ ਸੜਕ 'ਤੇ ਰੱਖ ਕੇ ਸਾੜਿਆ ਗਿਆ, ਨਿਸ਼ਾਨ ਸਾਹਿਬ ਢਾਏ ਗਏ, ਰੱਸੇ ਪਾ ਕੇ ਗੁਰਦੁਆਰਿਆਂ ਦੇ ਵਿੱਚ ਅੱਗਾਂ ਲਗਾਈਆਂ ਗਈਆਂ, ਗ੍ਰੰਥੀਆਂ ਨੂੰ ਬਾਬਾ ਜੀ ਦੇ ਤਾਬਿਆਂ ਬੈਠਣ ਨੂੰ ਗੋਲੀਆਂ ਮਾਰੀਆਂ ਗਈਆਂ, ਚਾਕੂ ਮਾਰੇ ਗਏ ਹੈ। ਮੈਂ ਕਹਿੰਦਾ ਅਗਰ ਇੱਥੇ ਬਾਅਦ 'ਚ ਕਿਤੇ ਬੇਦਬੀ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਹੈ, ਬਹੁਤ ਬੇਦਬੀ ਵਾਲਾ ਕੰਮ ਹੈ ਜੀ, ਬਹੁਤ ਬੁਰਾਈ ਵਾਲਾ ਕੰਮ ਹੈ ਜੀ। ਜਿਹਨਾਂ ਦੇ ਵਿੱਚ ਜਵਾਬਰ ਸਿੰਘ ਵਾਲਾ ਤੋਂ ਸਰੂਪ ਚੱਕੇ ਜਾਂਦੇ ਆ, ਕਿਤੇ ਨਾ ਕਿਤੇ ਸਰਸੇ ਸਾਧ ਨਾਲ ਤਾਰਾਂ ਵੀ ਜੁੜਦੀਆਂ ਹੈਗੀਆਂ, ਤੁਹਾਨੂੰ ਇਹ ਗੱਲ ਦਾ ਪਤਾ, ਕਿਤੇ ਨਾ ਕਿਤੇ ਉਹਨਾਂ ਨੂੰ ਕਲੀਨ ਚਿੱਟ ਵੀ ਦੇ ਦਿੱਤੀ ਜਾਂਦੀ ਆ। ਉਹਦੇ ਬਾਅਦ 'ਚ ਕੁਛ ਵਿਧਾਇਕਾਂ ਨੇ ਕਿਹਾ ਵੀ ਸੀ ਕੁਛ ਸਾਡੀਆਂ ਗਲਤੀਆਂ ਹੋਈਆਂ, ਗਿਆਨੀ ਗੁਰਬਚਨ ਸਿੰਘ ਨੇ ਸਾਫ ਲਫ਼ਜ਼ਾਂ 'ਚ ਮੰਨਿਆ ਕਿ ਸਾਡੇ ਕੋਲ ਵੀ ਕੁਛ ਕੁਤਾਹੀਆਂ ਹੋਈਆਂ ਜਥੇਦਾਰੀ ਤੌਰ 'ਤੇ। ਦੇਖੋ ਜੀ, ਜਿਹਦਾ ਤੁਸੀਂ ਨਾਂ ਲੈ ਰਹੇ ਹੋ ਉਹ ਜੇਲ੍ਹ 'ਚ ਹੈ। ਜਦੋਂ ਜਿਹੜਾ ਵੀ ਬੰਦਾ, ਮੈਂ ਕਹਿੰਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਕਰੇਗਾ, ਉਹ ਚਾਹੇ ਰਾਜਾ ਹੈ ਚਾਹੇ ਰੰਕ ਹੈ, ਉਹ ਕਦੀ ਬਖਸ਼ਿਆ ਨਹੀਂ ਜਾਏਗਾ। ਅਕਾਲੀ ਦਲ ਦਾ ਸੀ ਨਾ ਸਰ, ਮੰਨਣਾ ਤੁਹਾਡੇਗਾ ਕਿ ਅਗਰ ਉਹ ਗਲਤੀਆਂ ਹੋਈਆਂ ਨੇ ਤਾਂ ਉਹਨਾਂ ਨੇ ਉਸ ਚੀਜ਼ ਨੂੰ ਉਹਦੇ 'ਤੇ ਇਨਕੁਆਇਰੀਆਂ ਬਿਠਾਈਆਂ, ਕਮਿਸ਼ਨ ਬਿਠਾਇਆ, ਬੰਦੇ ਸਸਪੈਂਡ ਕੀਤੇ, ਮੰਨੀ ਨਹੀਂ ਗਈ ਕਿਸੇ ਕਮਿਸ਼ਨ ਦੀ, ਮੰਨੀ ਨਹੀਂ ਗਈ। ਜੇ ਹੁਣ ਕਮਿਸ਼ਨ ਬੈਠਾ ਹੈਗਾ, ਕਿਤੇ ਨਾ ਕਿਤੇ ਉਹਨੂੰ ਕਾਂਗਰਸ ਪੱਖੀ ਕਹਿ ਕੇ ਉੱਥੋਂ ਕਮਿਸ਼ਨ ਦੇ ਜਿਹੜੇ ਮੈਂਬਰ ਹੈਗੇ ਆ ਉਹਨਾਂ ਦੇ ਤਬਾਦਲੇ ਕਰਵਾ ਦਿੱਤੇ ਜਾਣ। ਅਤੇ ਸਰ, ਉਹਦੇ ਵਿੱਚ ਕਿਸੇ ਨੇ ਇਹ ਵੀ ਤਾਂ ਨਹੀਂ ਕਿਹਾ ਨਾ ਕਿ ਸਾਡੇ ਬੜਾ ਚੰਗਾ ਹੋਇਆ ਜਾਂ ਕੁਛ, ਕਿਉਂ ਕਹੇਗਾ? ਧਾਰਮਿਕ ਹੋਇਆ ਸਾਡੀ ਪਾਰਟੀ, ਤੁਸੀਂ ਦੇਖੋ 1920 ਤੋਂ ਅਕਾਲੀ ਦਲ ਹੈ ਜੀ। ਸਭ ਤੋਂ ਜ਼ਿਆਦਾ ਕਿਸੇ ਨੇ ਇਸ ਦੇਸ਼ ਦੀ ਆਜ਼ਾਦੀ ਵਿੱਚ ਕੰਮ ਕੀਤਾ ਤਾਂ ਅਕਾਲੀ ਦਲ ਨੇ ਕੀਤਾ ਜੀ। ਸਭ ਤੋਂ ਜ਼ਿਆਦਾ ਕਿਸੇ ਨੇ ਜੇਲ੍ਹਾਂ ਭੁਗਤੀਆਂ, ਪ੍ਰਕਾਸ਼ ਸਿੰਘ ਬਾਦਲ ਨੇ ਭੁਗਤੀਆਂ ਜੀ, 19-20 ਸਾਲ ਆਪਣੇ ਜੀਵਨ ਦੇ ਲਾਇਆ ਜੀ। ਅੱਜ ਇਸ ਗੱਲ ਨੂੰ ਪੋਲੀਟੀਕਲ ਤਰੀਕੇ 'ਤੇ ਲਿਆ ਕੇ ਉਹ ਸਰਕਾਰਾਂ ਕਾਂਗਰਸ ਦੀਆਂ ਜਿਨ੍ਹਾਂ ਵੇਲੇ ਸਾਰਾ ਕੁਝ ਹੋਇਆ, ਉਹ ਸਾਡੇ 'ਤੇ ਠੀਕਰਾ ਫੋੜਨਾ ਚਾਹੁੰਦੇ ਆ ਅਕਾਲੀ ਦਲ 'ਤੇ ਨਾ ਬਣਿਆ। ਅਕਾਲੀ ਦਲ ਕਿਹਾ ਜਾ ਰਿਹਾ ਕਿਸੇ ਇੱਕ ਪਾਸੜੇ, ਇੱਕ ਪਰਿਵਾਰ ਵੱਲ ਜਾ ਰਿਹਾ, ਇਹਨੂੰ ਕਿਵੇਂ ਲੈਣਾ? ਸਰ, ਗੱਲ ਤਾਂ ਉੱਥੇ ਆ ਰਹੀ ਹੈ ਨਾ ਕਿ ਇਸ ਪਰਿਵਾਰ, ਇਕੱਲਾ ਪਰਿਵਾਰ ਪਾਰਲੀਮੈਂਟ ਹੀ ਥੋੜ੍ਹਾ ਵੜ ਜਾਏਗਾ। ਇਹਨਾਂ ਨੇ ਸਾਰਾ
ਜਿੱਥੇ ਫਲ ਹੁੰਦੇ ਆ ਔਰ ਫਲ ਸਾਰੇ ਬਾਦਲ ਸਾਹਿਬ ਕੋਲ ਹੈ ਜੀ। ਪਰ ਕੁਛ ਫਲ ਤੁਹਾਡੇ ਤੋਂ ਟੁੱਟ ਕੇ ਦੂਜੇ ਪਾਸੇ ਚਲ ਗਏ, ਟਕਸਾਲੀ ਅਕਾਲੀ ਦਲ ਸਾਰਾ ਵਿਖੜ ਚੁੱਕਾ, ਤੁਹਾਡੇ ਹੀ ਮੇਨ ਬੰਦੇ ਹੈਗੇ ਸੀ ਜਿਨ੍ਹਾਂ ਨੇ ਸਾਫ਼ ਲਫ਼ਜ਼ਾਂ 'ਚ ਕਿਹਾ ਕਿ ਸਾਡੀਆਂ ਔਣਤਾਈਆਂ ਸੀ, ਸਾਡੀਆਂ ਗਲਤੀਆਂ ਸੀ, ਅਕਾਲੀ ਦਲ ਫਿਰ ਵੀ ਅਜੇ ਕੁਛ ਹੱਦ ਤੱਕ ਮੰਨ ਨਹੀਂ ਰਿਹਾ, ਇਹਨੂੰ ਕਿਵੇਂ ਸਰ? ਇਹ ਪੋਲੀਟਿਕਸ ਹੈ ਜੀ। ਆਜ਼ਾਦੀ ਤੋਂ ਪਹਿਲੇ 1857 ਤੋਂ ਲੈ ਕੇ 1947 ਤੱਕ ਇੱਕੋ ਪਾਰਟੀ ਹੁੰਦੀ ਸੀ ਪੂਰੇ ਦੇਸ਼ ਦੇ ਵਿੱਚ, ਉਹ ਕਾਂਗਰਸ ਪਾਰਟੀ ਸੀ। ਇੱਕੋ ਲਹਿਰ ਚੱਲਦੀ ਸੀ, ਇੱਕੋ ਮੂਵਮੈਂਟ ਚੱਲਦੀ ਸੀ, ਉਹ ਫਰੀਡਮ ਲਹਿਰ ਸੀ ਜੀ। ਸੁਭਾਸ਼ ਚੰਦਰ ਬੋਸ ਵੀ ਕਦੀ ਕਾਂਗਰਸ ਦਾ ਅਧਿਕਸ਼ ਰਿਹਾ ਹੈ, ਅਗਰ ਤੁਸੀਂ ਇਤਿਹਾਸ ਪੜ੍ਹੋ। ਸਭ ਤੋਂ ਪਹਿਲਾ ਅਧਿਕਸ਼ ਉਹੀ ਸੀਗਾ। ਬੀਜੇਪੀ ਦੇ ਬਹੁਤ ਵੱਡੇ ਵੱਡੇ ਲੀਡਰ ਕਾਂਗਰਸ ਦੇ ਵਿੱਚ ਹੈਗੇ ਸੀ, ਲੇਕਿਨ ਸਮੇਂ ਦੇ ਆਉਣ ਨਾਲ ਸਾਰਿਆਂ ਨੂੰ ਆਪਣੇ ਰਾਈਟਸ ਪਤਾ ਲੱਗ ਜਾਂਦੇ ਨੇ, ਉਹਨਾਂ ਦੇ ਵਿਚਾਰ ਬਦਲਦੇ ਰਹਿੰਦੇ ਆ, ਉਹ ਆਪਣੀਆਂ ਪਾਰਟੀਆਂ ਬਣਾਉਂਦੇ ਰਹਿੰਦੇ ਨੇ, ਜਾਂਦੇ ਰਹਿੰਦੇ ਨੇ, ਆਉਂਦੇ ਰਹਿੰਦੇ ਨੇ। ਜਦੋਂ ਕੋਈ ਪੋਲੀਟਿਕਸ ਦੇ ਵਿੱਚ ਹੀ ਆ ਗਿਆ ਤਾਂ ਫਿਰ ਪਾਰਟੀ ਕਿੱਥੇ ਆ? ਸਿੱਧੂ ਸਾਹਿਬ ਗਾਲਾਂ ਕੱਢ ਰਹੇ ਨੇ, ਸਿੱਧੂ ਸਾਹਿਬ ਅੱਜ ਕਹਿੰਦੇ ਜੀ ਅੱਜ ਉਹਦੇ ਬਹੁਤ ਜ਼ਿਆਦਾ ਕਹਿ ਰਹੇ, ਪ੍ਰਿੰਕਾ ਜੀ ਤਾਰੀਫ ਕਰ ਰਹੇ ਹੈ। ਇਹਨਾਂ ਨੇ ਕਿਹਾ ਸੀ ਮੁੰਨੀ ਬਦਨਾਮ ਹੋਈ, ਇਹ ਮੁੰਨੀ ਦਾ ਨਾਮ ਕਿਹਨੇ ਦਿੱਤਾ? ਸਿੱਧੂ ਨੇ ਦਿੱਤਾ। ਗੁੱਸੇ ਹੋ ਗਏ ਤੁਹਾਡੇ ਕੋਲ ਦੂਜੇ ਪਾਸੇ ਚਲ ਗਿਆ ਸਰ? ਉਹਨਾਂ ਦੇ ਰਾਈਟਸ ਹੈਗੇ ਨੇ, ਉਹਨਾਂ ਦੀਆਂ ਅਪੇਕਸ਼ਾਵਾਂ ਅਸੀਂ ਪੂਰੀ ਨਹੀਂ ਕਰ ਸਕਦੇ, ਇਹ ਤਾਂ ਹੁੰਦਾ ਹੀ ਹੈ ਨਾ ਜੀ। ਮੈਂ ਵੀ ਹਾਂ, ਕੋਈ ਵੀ ਹੈ, ਜੇ ਮੇਰੀਆਂ ਅਪੇਕਸ਼ਾਵਾਂ ਨਹੀਂ ਪੂਰੀਆਂ ਹੋਣਗੀਆਂ, ਮੇਰੇ ਰਾਈਟਸ ਨਹੀਂ, ਮੈਂ ਕਿਸੇ ਪਾਰਟੀ ਜਾ ਸਕਦਾ ਵਾਂ, ਲੇਕਿਨ ਉਸੀ ਮਾਂ ਨੂੰ ਗਾਲਾ ਦੇਣਾ ਜਿਹੜੀ ਮਾਂ ਨੇ ਜਨਮ ਦਿੱਤਾ, ਉਸੀ ਮਾਂ ਦੇ ਸਾਹਮਣੇ ਬਹਿ ਕੇ ਉਹਦੀ ਬੇਇੱਜ਼ਤੀ ਕਰਨਾ, ਮੈਨੂੰ ਲੱਗਦਾ ਇਹ ਠੀਕ ਨਹੀਂ ਹੈ। ਉਹਨਾਂ ਨੇ ਜੋ ਆ ਕੇ ਪਰਸੋਂ ਬੋਲਿਆ ਇੱਥੇ ਬਠਿੰਡਾ ਦੇ ਵਿੱਚ ਬਾਦਲ ਸਾਹਿਬ ਵਾਸਤੇ, ਸਿੱਖ ਪੋਲੀਟਿਕਸ ਵਾਸਤੇ, ਮੈਨੂੰ ਲੱਗਦਾ ਇਹ ਬਹੁਤ ਮਾਈਨਸ ਪੁਆਇੰਟ ਗਿਆ ਉਹਨਾਂ ਵਾਸਤੇ। ਇੱਥੇ ਦੇ ਸਿੱਖਾਂ ਨੂੰ ਆਹਤ ਹੋਇਆ ਉਸ ਗੱਲ ਦਾ, ਮੈਂ ਬਹੁਤ ਲੋਕਾਂ ਨਾਲ ਗੱਲ ਕੀਤੀ ਹੈ, ਪੰਜਾਬੀਆਂ ਨੂੰ ਵੀ, ਈਵਨ ਦੈਨ ਜਿਹੜੇ ਸਾਡੇ ਹੋਰ ਭਰਾ ਵਪਾਰੀ ਵੀ ਭਰਾ, ਉਹਨਾਂ ਨਾਲ ਵੀ ਗੱਲ ਹੋਈ, ਕਹਿੰਦੇ ਸਾਡੇ ਬਠਿੰਡੇ ਦੇ ਬਾਰੇ ਜਿੰਨਾ ਕੁਝ ਬੋਲ ਕੇ ਗਏ ਨੇ, ਸਾਨੂੰ ਇਹ ਬਰਦਾਸ਼ਤ ਨਹੀਂ, ਉਹਨਾਂ ਦਾ ਮਾਈਨਸ ਪੁਆਇੰਟ ਹੋਏਗਾ। ਮੈਨੂੰ ਲੱਗਦਾ ਉਹ ਕੁਛ ਜਿਹੜੀ ਸੀਮਾ ਹੁੰਦੀ ਹੈ ਇੱਕ, ਉਹਨੂੰ ਲੰਘਦੇ ਪਏ ਨੇ ਇਸ ਵੇਲੇ, ਔਰ ਹੰਕਾਰ ਆ ਗਿਆ ਸਿੱਧੂ ਸਾਹਿਬ ਦੇ ਅੰਦਰ, ਔਰ ਹੰਕਾਰ ਜਦੋਂ ਕੋਈ ਆ ਜਾਂਦਾ ਕਹਿੰਦੇ ਹੰਕਾਰਿਆ ਸੋ ਮਾਰਿਆ। ਪਰ ਉਹ ਕਹਿੰਦੇ ਹੈਗੇ ਨਾ ਗੁਰੂ ਮਹਾਰਾਜ ਦੀਆਂ ਬੇਅਬਦੀਆਂ ਹੋਈਆਂ ਵਾ, ਕੋਈ ਵੀ ਪਾਰਟੀ ਸ਼ਾਂਤ ਸਾਰਾ ਬੋਲ ਨਹੀਂ ਰਹੀ, ਉਹ ਜਿਹੜੀ ਵੀ ਸਟੇਜ 'ਤੇ ਬੋਲਦੇ ਹੈਗੇ ਕਿਤੇ ਨਾ ਕਿਤੇ ਟਾਰਗੇਟ ਜ਼ਰੂਰ ਕੀਤਾ ਜਾ ਰਿਹਾ, ਕਹਿੰਦੇ ਕਿ ਬੇਅਦਬੀਆਂ ਦੇ ਬਦਲਾ ਲਿਆ ਜਾਊਗਾ, ਉਦੋਂ ਤੋਂ ਪਹਿਲਾਂ ਮੈਂ ਸਿਆਸਤ ਛੱਡ ਦੂੰਗਾ ਜੇ ਬੇਅਦਬੀਆਂ ਦੇ ਬਦਲਾਏ ਸਰਕਾਰ 'ਚ ਨਹੀਂ। ਸਰ ਪਹਿਲੀ ਗੱਲ ਤਾਂ ਕੋਈ ਸਿਆਸਤ ਛੱਡਦਾ ਨਹੀਂ ਹੁੰਦਾ, ਇਹ ਸਭ ਕਹਿਣ ਦੀਆਂ ਗੱਲਾਂ ਨੇ। ਸਾਰਾ ਠੇਕਾ ਉਹਨਾਂ ਨੇ ਲਿਆ ਸਿਆਸਤ ਦਾ, ਸਾਰਾ ਠੇਕਾ ਉਹਨਾਂ ਨੇ ਲਿਆ ਇਸ ਗੱਲ ਕਰਨ ਦਾ, ਉਹ ਤਾਂ ਇੱਕ ਮੂਹਰਾ ਬਣਾ ਕੇ ਉਹਨਾਂ ਨੂੰ ਯੂਜ਼ ਕੀਤਾ ਜਾ ਰਿਹਾ। ਸਿੱਧੂ ਸਾਹਿਬ ਨੂੰ ਅੱਜ ਭੁੱਲਦੇ ਪਏ ਨੇ ਉਹ ਕਿ ਉਹਨਾਂ ਨੂੰ ਪੋਲੀਟਿਕਸ ਹੀ ਲਿਆਉਣਾ ਕੌਣ ਸੀ, ਉਹ ਭੁੱਲਦੇ ਪਏ ਨੇ ਕਿ ਦੁਨੀਆ 'ਚ ਨਾਮ ਜਦੋਂ ਰੋਸ਼ਨ ਹੋਇਆ ਉਸ ਤੋਂ ਬਾਅਦ ਜਦੋਂ ਉਹਨਾਂ ਦੇ ਉੱਤੇ ਕੇਸ ਬਚੇ, ਉਹਨਾਂ ਨੂੰ ਬਚਾਉਣ ਵਾਲਾ ਕੌਣ ਸੀ, ਇਹ ਗੱਲਾਂ ਭੁੱਲਦੇ ਪਏ ਨੇ। ਅੱਜ ਲੜੋ ਤੁਸੀਂ ਪੋਲੀਟਿਕਸ, ਲੜੋ ਅੱਛੀ ਤਰ੍ਹਾਂ, ਰਹੋ ਇਲੈਕਸ਼ਨ, ਲੜੋ ਆਪ, ਲੜੋ ਮੰਤਰੀ ਬਣੋ, ਮੁੱਖ ਮੰਤਰੀ ਬਣੋ। ਬਟ ਤੁਸੀਂ ਹੁਣੇ ਕਿਹਾ ਸੀ ਕਿ ਤੁਹਾਡੀ ਪਾਰਟੀ ਨੂੰ ਟੁੱਟ ਕੇ ਜਾ ਰਹੇ ਨੇ, ਉਹ ਆਪਣੀ ਪਾਰਟੀ ਨੂੰ ਟੁੱਟੇ ਹੋਏ ਨੇ, ਉਹ ਕੈਪਟਨ ਦੀ ਬੁਰਾਈ ਕਰਦੇ ਹਰ ਜਗ੍ਹਾ 'ਤੇ, ਗੱਲ ਸਮਝੋ ਨਾ ਤੁਸੀਂ, ਉਹਨਾਂ ਦੀ ਆਪਸ ਵਿੱਚ ਨਹੀਂ ਬਣਦੀ ਪਈ ਹੈਗੀ ਹੈ, ਅਤੇ ਉਹ ਦੂਜੀ ਪਾਰਟੀ ਵੱਲ ਅਗਰ ਉਂਗਲੀ ਕਰ ਰਹੇ ਨੇ ਤਾਂ ਇੱਕ ਉਂਗਲੀ ਉਹਨਾਂ ਵੱਲ ਵੀ ਆ ਰਹੀ ਹੈ, ਸੋਚੋ ਗੱਲ ਨੂੰ। ਅਗਰ ਕਿਸੇ ਵੱਲ ਅਸੀਂ ਇਸ ਤਰ੍ਹਾਂ ਕਰਕੇ ਉਂਗਲੀ ਕਰਨੇ, ਬਾਕੀ ਤਿੰਨ ਉਂਗਲਾਂ ਮੇਰੇ ਵੱਲ ਵੀ ਆ ਰਹੀਆਂ ਨੇ, ਉਹ ਬਹੁਤ ਜ਼ਿਆਦਾ ਸਾਫ਼ ਦੁੱਧ ਦੇ ਤੁਲੇ ਹੋਏ ਨਹੀਂ ਹੈਗੇ ਨੇ, ਸਮੇਂ ਆਏਗਾ ਤੁਹਾਨੂੰ ਸਭ ਜਨਤਾ ਨੂੰ ਪਤਾ ਲੱਗੇਗਾ। ਮੈਂ ਤਾਂ ਇਹ ਕਹਿ ਸਕਦਾ ਅਸੀਂ ਬਠਿੰਡੇ ਵੀ ਲੱਗੇ ਹੋਏ ਹਾਂ ਜੀ, ਬਠਿੰਡੇ ਦਾ ਇਲੈਕਸ਼ਨ ਸਾਡੀ ਬੀਬਾ ਹਰਸਿਮਰਤ ਕੌਰ ਜੀ ਬਾਦਲ ਜਿਨ੍ਹਾਂ ਨੇ 10 ਸਾਲ ਬਹੁਤ ਮਿਹਨਤ ਕੀਤੀ ਹੈ, ਉਹ ਜਿੱਤ ਰਹੇ ਨੇ ਔਰ ਅੱਛੀਆਂ ਵੋਟਾਂ 'ਤੇ ਜਿੱਤ ਰਹੇ ਨੇ, ਔਰ ਸੁਖਬੀਰ ਸਿੰਘ ਬਾਦਲ ਜੀ ਵੀ ਜਿੱਤ ਰਹੇ ਨੇ। ਆਮ ਆਦਮੀ ਪਾਰਟੀ ਜਿਹੜੇ ਕਿ ਥੋੜ੍ਹਾ ਚਿਰ ਪਹਿਲਾਂ ਹੋਂਦ ਦੇ ਵਿੱਚ ਆਈ, ਬੜੀ ਵੱਡੀ ਕਾਰਗੁਜ਼ਾਰੀ ਉਹਨੇ ਪੰਜਾਬ ਦੇ ਵਿੱਚ ਵਿਧਾਨ ਸਭਾ ਇਲੈਕਸ਼ਨ ਵਿਖਾਲੀ ਸੀ, 4 MP ਵੀ ਉਹ ਤੋਂ ਪਹਿਲਾਂ ਉਹਨਾਂ ਦੇ ਇੱਥੇ ਬਣੇ ਹੈਗੇ ਸੀ, ਵੱਡੀ ਕਾਰਗੁਜ਼ਾਰੀ ਸੀ। ਉਹ ਤੋਂ ਬਾਅਦ 'ਚ PDA ਦਾ ਅਲਾਇੰਸ ਹੋ ਕੇ ਫਿਰ ਉੱਭਰ ਕੇ ਇੱਕ ਵੱਡੀ ਪਾਰਟੀ PDA ਦੇ ਸਾਹਮਣੇ ਆਈ ਆ, ਕੀ ਲੱਗਦਾ ਤੁਹਾਨੂੰ ਦੋਵਾਂ 'ਚੋਂ ਕਿਸ ਤੋਂ ਖਤਰਾ ਹੈਗਾ? ਸੱਚ ਗੱਲ ਹੈ ਕਿ ਉਹ ਪਾਰਟੀ ਨਹੀਂ ਹੈ ਜੀ, ਉਹ ਪਾਰਟੀ ਨਹੀਂ ਹੈ, ਉਹ ਤਾਂ ਇੱਕ ਮਾਓਵਾਦੀ ਦਿਮਾਗ ਦਾ ਬੰਦਾ ਹੈ, ਫਰੌਡ ਹੈਗਾ ਇੱਕ ਨੰਬਰ ਦਾ, ਚੀਟਰ ਹੈ ਕੇਜਰੀਵਾਲ। ਸਾਡੇ ਸਾਹਮਣੇ ਦਿੱਲੀ 'ਚ ਉਹਨੇ ਇੱਕ NGO ਬਣਾਈ, 5,000 ਕਰੋੜ ਰੁਪਇਆ ਫੋਰਡ ਇੰਸਟੀਚਿਊਟ ਤੋਂ ਅਮਰੀਕਾ ਤੋਂ ਲਿਆ ਕੇ NGO ਦੇ ਨਾਮ 'ਤੇ, FCR ਤੋਂ, ਥਰੂ FCR ਹੈ, NGO ਦੇ ਨਾਮ 'ਤੇ ਉਹਨੇ ਉਹ ਸਾਰਾ ਪੋਲੀਟਿਕਸ ਦੇ ਵਿੱਚ ਲਗਾਇਆ। ਝੂਠੇ ਵਾਅਦੇ ਕੀਤੇ ਉਹਨੇ, ਦਿੱਲੀ 'ਚ ਘਰ ਘਰ 'ਚ ਵਾਈਫਾਈ ਲਵਾ ਦਾਂਗਾ, ਫ੍ਰੀ ਹੋ ਜਾਏਗਾ। ਕਿੱਥੇ ਲੱਗਿਆ ਮੈਂ ਦਿਖਾਉਣਾ, ਜਿਹੜਾ ਬੱਸਾਂ ਦੇ ਵਿੱਚ ਵਾਈਫਾਈ ਲੱਗੇਗਾ, ਬੱਸਾਂ ਦੇ ਵਿੱਚ ਗਾਰਡ ਚੱਲਣਗੇ, ਹਰ ਬੱਸ ਦੇ ਵਿੱਚ 2-2 ਗਾਰਡ ਹੋਣਗੇ। ਕਿੱਥੇ ਹੈ ਜੀ ਗਾਰਡ? ਉਹ ਕੋਈ ਗਾਰਡ ਨਹੀਂ ਹੈ। 5,000 AC ਬੱਸਾਂ ਚਲਾਵਾਂਗਾ, ਕਿੱਥੇ ਹੈਗੀਆਂ? 5,000 ਸਕੂਲ ਖੋਲਾਂਗਾ, 3,000 ਕਾਲਜ ਖੋਲਾਂਗਾ। ਝੂਠ ਦਾ ਉਹਨੇ ਜੋ ਕਬੀਲਾ ਛੱਡਿਆ ਜੀ, ਅੱਜ ਉਹ ਜਨਤਾ ਦਿਖਾ ਰਹੀ ਹੈ ਉਹਨੂੰ। ਮੈਨੂੰ ਯਾਦ ਹੈ ਹੁਣ ਹਫ਼ਤਾ ਪਹਿਲੇ 12 ਤਰੀਕ ਨੂੰ ਇਲੈਕਸ਼ਨ ਸੀ, ਗੌਤਮ ਗੰਭੀਰ ਦਾ ਮੈਂ ਕੰਮ ਕਰ ਰਿਹਾ ਸੀ, ਉਹਦੇ ਬੂਥ ਦੇ ਉੱਤੇ ਬੰਦੇ ਨਹੀਂ ਹੈਗੇ ਸੀ, ਉਹ ਕਿਰਾਏ ਦੇ ਬੰਦੇ 4-4 ਬਿਠਾਉਣੇ ਪਏ, ਵੋਟ ਨਹੀਂ ਪਈ ਉਹਨੂੰ। ਕਿਉਂ ਨਹੀਂ ਪਈ? ਕਿ ਉਹ ਫਰੌਡ ਸਾਰਾ ਖੁੱਲ੍ਹਣਾ ਸ਼ੁਰੂ ਹੋ ਗਿਆ ਹੈ। ਪੰਜਾਬ 'ਚ ਦੇਖ ਲਓ ਤੁਸੀਂ, ਪੰਜਾਬ 'ਚ ਉਹਦੇ ਬੰਦੇ ਟੁੱਟ ਕੇ ਦੂਜੀ ਪਾਰਟੀਆਂ 'ਚ ਆ ਗਏ ਨੇ। ਤੁਸੀਂ ਸਾਡੀ ਪਾਰਟੀ ਦੀ ਗੱਲ ਕਰ ਰਹੇ ਸੀ, ਇਹ ਆਪਣੇ ਆਪ ਨੂੰ ਇੱਕ IRS ਬੰਦਾ ਦੇਖੋ, ਪੜ੍ਹਿਆ ਲਿਖਿਆ ਬੰਦਾ, ਕਹਿੰਦਾ ਕਿ ਦਿੱਲੀ ਨੂੰ ਪੂਰਨ ਰਾਜ ਦਾ ਦਵਾਵਾਂਗਾ ਦਰਜਾ। ਉਹ ਕਿੱਥੋਂ ਦਵਾ ਦੇਗਾ ਤੂੰ? ਇਹ ਕਿਵੇਂ ਪੋਸੀਬਲ ਹੈਗਾ? ਦਿੱਲੀ ਦੇ ਵਿੱਚ ਪੂਰਨ ਰਾਜ ਹੋ ਹੀ ਨਹੀਂ ਸਕਦਾ। ਤੂੰ ਆਪਣਾ ਇਤਿਹਾਸ ਪੜ੍ਹ, ਤੂੰ ਕਾਨੂੰਨ ਪੜ੍ਹ, ਤੂੰ ਪੜ੍ਹਿਆ ਲਿਖਿਆ ਬੰਦਾ ਹੈਗਾ, ਔਰ
ਹੈਗੀਆਂ ਵਾ ਲੋਕਾਂ ਦੇ ਘਰਾਂ ਦੇ ਵਿੱਚ, ਇਹਨਾਂ ਦਿਨਾਂ 'ਚ ਆ ਕੇ ਰੋਟੀਆਂ ਵੀ ਖਾਣੀਆਂ, ਉਹਨਾਂ ਮੇਜ਼ਾਂ 'ਤੇ ਬਹਿਣਾ, ਉਹ ਥੱਲੇ ਬੋਰੀਆਂ 'ਤੇ ਬੈਠ ਜਾਣਾ, ਪਰ ਉਹ ਸ਼ਾਇਦ ਅਸੀਂ ਭੁੱਲ ਜਾਂਦੇ ਸਾਰਾ ਕੁਝ ਇੱਕ ਜਿੱਤ ਪ੍ਰਾਪਤ ਕਰਕੇ। ਦੇਖੋ ਰਾਜਨੀਤੀ ਦੇ ਵਿੱਚ ਕੁਛ ਗੱਲਾਂ ਨਾ ਮੈਂ ਸਮਝਦਾ ਕਿ ਤਿਉਹਾਰੀ ਹੁੰਦੀਆਂ ਨੇ, ਜਿਵੇਂ ਤਿਉਹਾਰ ਆ ਨਾ, ਲੱਡੂ ਲੈਣੇ, ਮਿਠਾਈ ਦੇਣੀ ਲੈਣੀ, ਇਹ ਇਲੈਕਸ਼ਨ ਦੀਆਂ ਗੱਲਾਂ ਕੁਛ ਇਸ ਟਾਈਪ ਦੀਆਂ ਹੁੰਦੀਆਂ ਨੇ। ਪਰ ਮੋਦੀ ਨੇ ਝੂਠ ਨਹੀਂ ਬੋਲਿਆ ਸੀ, ਉਹਨੇ ਕਿਹਾ ਸੀ, ਉਹਨੇ ਕਿਹਾ ਜਾਂਦਾ ਤਰੀਕਾ ਸੀ, ਇੱਕ ਤਰੀਕਾ ਮੈਂ ਸਮਝਾ ਦਿੰਦਾ ਵਾਂ। ਉਹਨਾਂ ਦਾ ਕਹਿਣ ਦਾ ਮਤਲਬ ਇਹ ਸੀ ਕਿ ਅਗਰ ਦੇਸ਼ ਦੇ ਵਿੱਚ ਇੰਨਾ ਪੈਸਾ ਆਏਗਾ ਤਾਂ ਉਹਨੂੰ ਅਸੀਂ ਡਿਵਾਈਡ ਕਰਾਂਗੇ ਤਾਂ 15-15 ਲੱਖ ਰੁਪਏ ਇੱਕ ਬੰਦੇ ਦੇ ਅਕਾਊਂਟ 'ਚ ਜਾ ਸਕਦਾ। ਹੋਣਾ ਸੀ ਉਹ ਕਿੱਥੋਂ ਆਉਣਾ ਸੀ, ਉਹ ਕਿੱਥੋਂ ਆਉਣਾ ਸੀ, ਉਹ ਜਿਹੜੇ ਭੱਜ ਗਏ ਨੇ ਬਾਹਰ, ਮਾਲਿਆ ਵਰਗੇ ਜਿਹੜੇ ਭੱਜ ਗਏ ਨੇ, ਸਹਾਰਾ ਵਾਲੇ ਭੱਜ ਗਏ ਨੇ, ਜਿਹੜੇ ਇਹਨਾਂ ਕੋਲ ਆਉਣਾ ਸੀਗਾ। ਕਿੰਨੇ ਲਿਆਉਣਾ ਸੀ? ਇਹ ਲਿਆਉਂਦੇ ਪਏ ਨੇ ਫੜ ਫੜ ਕੇ, ਪਹਿਲੀ ਵਾਰ ਕੋਈ ਆਰਡਰ ਹੋਇਆ? ਪੈਸਾ ਨਹੀਂ, ਪੈਸਾ ਉੱਦਾਂ ਹੀ ਆ ਰਹੇ ਨੇ ਜੀ, ਉਹਨਾਂ ਦੀ ਸਾਰੀਆਂ ਪ੍ਰੋਪਰਟੀਆਂ ਸੀਜ਼ ਹੋ ਗਈਆਂ ਨੇ ਇੱਥੇ, ਉਹਨਾਂ ਦਾ ਜਿਹੜੇ ਧੰਦੇ ਸੀ ਸਾਰੇ ਚੌਪਟ ਹੋ ਗਏ ਨੇ। ਅੱਜ ਜੈਟ ਏਅਰਵੇਜ਼ ਕਿਉਂ ਬੰਦ ਹੋ ਗਿਆ? 12,000 ਕਰੋੜ ਰੁਪਏ ਦਾ ਘੁਟਾਲਾ ਉਹਨੇ ਕੀਤਾ, ਵਰਕਰ ਨੂੰ ਇੱਥੇ ਤਨਖਾਹ ਨਹੀਂ ਦਿੱਤੀ, ਹਵਾਈ ਜਹਾਜ਼ਾਂ 'ਤੇ ਕਿਰਾਇਆ ਨਹੀਂ ਦਿੱਤਾ, ਇਹੋ ਜਿਹੇ ਬੰਦੇ ਜਿਹੜੇ ਫਰੋਡ ਕਰ ਰਹੇ ਸੀ, ਇਹ ਰਾਬਰਟ ਵਡੇਰਾ ਵਰਗੇ, ਜਿਨ੍ਹਾਂ ਦੀਆਂ ਗੁੜਗਾਵਾਂ ਦੇ ਵਿੱਚ ਜਗ੍ਹਾ, ਯੂਪੀ ਦੇ ਵਿੱਚ ਜਗ੍ਹਾ, ਦਿੱਲੀ 'ਚ ਜਗ੍ਹਾ, ਲੰਡਨ ਦੇ ਵਿੱਚ ਉਹਨਾਂ ਦੇ ਬਿਲਡਿੰਗਾਂ ਬਣੀਆਂ, ਮਲਟੀ ਸਟੋਰੀ, ਇਹ ਪੈਸਾ ਉਹਨਾਂ ਦਾ ਆਉਣਾ ਜੀ। ਕੇਸ ਬਣਿਆ ਨਾ ਰਾਬਰਟ ਵਡੇਰਾ ਦੇ, ਕਿਹਾ ਸੀ ਮੋਦੀ ਜੀ ਨੇ ਬਣਾਵਾਂਗਾ, ਬਣਾਇਆ ਉਹਨਾਂ ਨੇ, ਪਹਿਲੇ ਕੋਈ ਨਹੀਂ ਬਣਿਆ। ਉਹਨੂੰ VIP ਸੁਰੱਖਿਆ ਮਿਲੀ ਹੋਈ ਸੀ, ਮੈਂ ਹੈਰਾਨ ਹੋ ਗਿਆ, ਇੱਕ ਵਾਰੀ ਬੰਬੇ ਜਾ ਰਿਹਾ ਸੀ, 5 ਸਾਲ ਪਹਿਲੇ ਦੀ ਗੱਲ ਹੈ, ਤਾਂ ਕਾਂਗਰਸ ਸਰਕਾਰ ਸੀ, ਅਤੇ 5 ਬੰਦਿਆਂ ਦਾ ਨਾਮ ਲਿਖਿਆ ਹੋਇਆ ਸੀ ਜਿਨ੍ਹਾਂ ਦੀ ਸੁਰੱਖਿਆ ਚੈੱਕ ਨਹੀਂ ਹੋਏਗੀ, ਉਹਦੇ 'ਚ ਰਾਬਰਟ ਵਡੇਰਾ ਸੀ, ਵਿਦਆਊਟ ਐਨੀ ਪੋਸਟ, ਵਿਦਆਊਟ ਐਨੀ ਪੋਰਟਫੋਲੀਓ। ਇਹ ਗੁੰਡਾਗਰਦੀ ਨਹੀਂ ਸੀ? ਇੱਕ ਬੰਦਾ ਸਮਗਲਰ, ਇੱਕ ਬੰਦਾ ਜਿਹਨੇ ਜ਼ਮੀਨਾਂ ਘੇਰੀਆਂ ਦੁਨੀਆ ਦੀਆਂ, ਨਜਾਇਜ਼ ਸਰਕਾਰੀ ਜ਼ਮੀਨਾਂ ਘੇਰ ਕੇ ਗਰੀਬਾਂ ਨੂੰ ਵੇਚ, ਗਰੀਬਾਂ ਤੋਂ ਲੈਂਦਾ, ਵੱਡੇ ਰੇਟ 'ਤੇ ਹੋਟਲਾਂ ਨੂੰ ਵੇਚਦਾ, ਉਸ ਬੰਦੇ ਨੂੰ SPG ਦਿੱਤੀ ਉਹਦੀ ਸੁਰੱਖਿਆ, ਉਸ ਬੰਦੇ ਨੂੰ ਤੁਸੀਂ ਏਅਰਪੋਰਟ ਦੇ ਫ੍ਰੀ ਜਾਣ ਦੇ ਰਹੇ ਹੋ। ਇਹ ਸਾਰਾ ਫਾਇਦਾ ਚੁੱਕਿਆ ਕਿਹਨੇ? ਕਾਂਗਰਸ ਨੇ ਚੁੱਕਿਆ ਜੀ। ਮੈਨੂੰ ਲੱਗਦਾ ਅੱਜ ਜੋ ਪੰਜਾਬ ਦੇ ਹਾਲਾਤ ਨੇ, ਇੱਥੇ ਜੋ ਮਰਜ਼ੀ ਤੁਸੀਂ ਕਰ ਲਓ, ਮੈਂ ਜਨਤਾ ਨੂੰ ਮਿਲਿਆ ਰਾਤੀ ਇੱਥੇ ਬਹੁਤ ਜ਼ਿਆਦਾ, 5-6 ਦਿਨ ਤੋਂ, ਇੱਥੇ ਤਾਂ ਬੀਬਾ ਜੀ ਜਿੱਤਣਗੇ ਜੀ। ਆਪਾਂ ਤਾਂ ਇੱਥੇ ਰਾਜਾ ਬਣੇ ਕੋਈ ਵੱਡੀ ਦਾਅਵੇਦਾਰੀ ਕਰ ਰਹੇ ਹੈਗੇ, ਉਹ ਕਹਿ ਰਹੇ ਮੈਂ ਐਰਕੀ ਬਾਦਲ ਪਰਿਵਾਰ ਨੂੰ ਖੜਾ ਦੂੰਗਾ। ਦੇਖੋ ਵਿਸ਼ਵ ਦੇ ਵਿੱਚ ਕਿਤੇ ਵੀ ਸੁਪਨੇ ਦੇਖਣ 'ਤੇ ਕੋਈ ਬੈਨ ਨਹੀਂ ਲੱਗਿਆ। ਦੇਖੋ ਸੁਪਨੇ ਤੁਸੀਂ ਦੇਖੀ ਜਾਓ, ਅੱਜ ਕੋਈ ਨੌਕਰ ਵੀ ਘਰ 'ਚ ਰੱਖਦਾ ਨਾ ਜੀ, ਡਰਾਈਵਰ ਵੀ ਰੱਖਦਾ, ਉਹਦਾ ਪਿਛੋਕੜ ਦੇਖਦਾ, ਉਹਦਾ ਐਕਸਪੀਰੀਅੰਸ ਦੇਖਦਾ, ਉਹਦੀ ਕੁਆਲੀਫਿਕੇਸ਼ਨ ਦੇਖਦਾ, ਉਹਦਾ ਕਰੈਕਟਰ ਦੇਖਦਾ, ਤਾਂ ਜਾ ਕੇ ਉਹਨੂੰ ਰੱਖਦਾ ਹੈਗਾ। ਜਲਦੀ ਨਾਲ ਕੋਈ ਰੱਖਦਾ ਨਹੀਂ ਹੈਗਾ, ਕਿਉਂਕਿ ਇਹ ਮਾਮਲਾ ਹੈਗਾ ਪੂਰੀ MP ਦੀ ਸੀਟ ਦਾ, ਨੌਲੇਜ ਕਿਹਨੂੰ ਹੈ, ਅੱਗੇ ਆਉਣੀ ਸਰਕਾਰ ਕਿਹਦੀ ਹੈ, ਪੈਸਾ ਕੌਣ ਲਿਆ ਸਕਦਾ ਸੈਂਟਰ 'ਚੋਂ। ਇਹ ਕਿਵੇਂ ਹੋ ਸਕਦਾ ਕਿ ਸਰਕਾਰ ਤਾਂ ਮੋਦੀ ਜੀ ਆ ਰਹੀ ਹੋਏ ਅਤੇ ਮੈਂ ਜਿੱਤ ਕੇ ਇੰਡੀਪੈਂਡੈਂਟ ਹੈ, ਮੈਂ ਦੂਜੀ ਪਾਰਟੀ ਜਿੱਤ ਕੇ ਫੰਡ ਕਿੱਥੋਂ ਲਿਆਵਾਂਗਾ, ਮੈਂ ਕੰਮ ਕਿਵੇਂ ਕਰਾਵਾਂਗਾ? ਮੈਂ ਇਹ ਕੰਮ ਬੀਬਾ ਜੀ ਨੇ ਕਰਾਏ ਨੇ ਇੱਥੇ, ਔਰ ਅੱਗੋਂ ਵੀ ਉਹੀ ਕਰਾਉਣਗੇ। ਬਹੁਤ ਸਾਰੇ ਐਸੇ ਪ੍ਰੋਜੈਕਟ ਨੇ ਜੇ ਪਾਈਪਲਾਈਨਸ ਨੇ, ਅਗਰ ਪਟਰੀ ਤੋਂ ਥੋੜ੍ਹੀ ਜਿਹੀ ਟ੍ਰੇਨ ਹਿੱਲ ਗਈ, ਅਗਰ ਜਨਤਾ ਨੇ ਧੋਖਾ ਕਰਤਾ ਜਾਂ ਖਾ ਲਿੱਤਾ ਧੋਖਾ, ਤਾਂ ਮੈਨੂੰ ਲੱਗਦਾ ਬੀਬਾ ਜੀ ਦੇ ਜਿਹੜੇ ਪ੍ਰੋਜੈਕਟ ਨੇ ਬਹੁਤ ਵੱਡੇ, ਜਿਹਦੇ ਨਾਲ ਕਿ ਆਉਣ ਵਾਲੇ ਟਾਈਮ ਵਿੱਚ ਖਾਲੀ ਇਹ ਨਹੀਂ ਕਿ ਇੱਥੇ ਖਾਲੀ ਵੋਟਾਂ ਜਿੱਤ ਲਈਆਂ, ਬਠਿੰਡਾ ਸ਼ਹਿਰ ਦੀ ਜ਼ਮੀਨ ਜਿੱਥੇ 5,000 ਰੁਪਏ ਗਜ਼ ਹੈ ਨਾ, 40,000 ਰੁਪਏ ਗਜ਼ ਹੋ ਜਾਏਗੀ। ਇੱਥੇ ਬੱਚਿਆਂ ਨੂੰ ਜੋ ਕਾਰੋਬਾਰ ਨਹੀਂ ਮਿਲਦਾ, ਕਾਰੋਬਾਰ ਮਿਲੇਗਾ, ਜਦੋਂ ਸ਼ਹਿਰ ਅੱਛਾ ਹੋਏਗਾ ਇੰਡਸਟਰੀ 'ਚ ਵੀ ਆਏਗਾ, ਬਿਜ਼ਨਸਮੈਨ ਵੀ ਆਉਣਗੇ, ਇੱਥੇ ਏਜੰਸੀਆਂ ਵੀ ਖੁੱਲਣਗੀਆਂ। ਅਤੇ ਜੀ ਮੈਂ ਤੁਹਾਡੀ ਗੱਲ ਸੋਰੀ ਰੋਕਦਾ ਹੈਗਾ ਵਾ, 10 ਸਾਲ ਦਾ ਕਾਰਜ ਭਾਰ ਰਿਹਾ ਇੱਥੋਂ ਹੀ ਮੁੱਖ ਮੰਤਰੀ ਕਹੂੰਗਾ, ਕਿਉਂਕਿ ਬਠਿੰਡੇ ਤੋਂ ਬੀਬਾ ਹਰਸਿਮਰਤ ਕੌਰ 5 ਸਾਲ ਦਾ ਰਾਜਪਾਲ ਆ। 5 ਸਾਲ ਦਾ ਕਾਰਜਭਾਰ ਪਹਿਲੇ ਦੀ ਆਪਾਂ ਜ਼ਰੂਰ ਇੱਕ ਜੀ ਫਿਰ ਦੁਬਾਰਾ ਗੱਲ ਕਰਾਂਗੇ ਕਿ 5 ਸਾਲ ਤੋਂ ਬਾਅਦ ਫਿਰ ਲੁਭਾਵਣੇ ਵਾਅਦੇ ਮੈਂ ਗੱਲ ਕੀਤੀ ਸੀ, ਲੁਭਾਵਣੇ ਵਾਅਦੇ ਕੀਤੇ ਜਾਂਦੇ, ਵਫਾ ਨਹੀਂ ਹੁੰਦੇ। 72,000 ਦਾ, 15 ਲੱਖ ਦਾ, ਕਾਲੇ ਧਨ ਦੀ ਗੱਲ ਕੀਤੀ ਸੀ, ਕੋਈ ਵਾਪਸ ਨਹੀਂ ਆਇਆ। ਹਰ ਕੋਈ ਆਪਣਾ ਅਕਾਊਂਟ ਚੈੱਕ ਕਰਦਾ ਵਾ ਕਿ ਮੇਰੇ ਸ਼ਾਇਦ ਅਕਾਊਂਟ ਦੇ ਵਿੱਚ 0 ਬੈਲੈਂਸ ਅਕਾਊਂਟ ਖੋਲ੍ਹਾ, ਸ਼ਾਇਦ 15 ਲੱਖ ਆ ਜਾਣਾ। ਪਰ ਵਾਪਸ ਨਹੀਂ ਆਇਆ ਜਦੋਂ 2,000 ਦਾ ਨੋਟ ਬੰਦ ਹੋਇਆ। ਮੈਂ ਕਿਸੇ ਕਮਿਊਨਿਟੀ ਦਾ ਨਾਮ ਨਹੀਂ ਲੈ ਰਿਹਾ, ਲੇਕਿਨ ਇੱਕ ਮੇਰੀ ਨਿਗਾਹ 'ਚ ਐਸੇ ਬੰਦੇ ਹੈਗੇ ਨੇ ਪੂਰੇ ਹਿੰਦੁਸਤਾਨ ਦੇ ਵਿੱਚ ਜਿਨ੍ਹਾਂ ਦਾ ਕਬਾੜ ਦਾ ਵਪਾਰ ਹੈ ਪੂਰੇ ਹਿੰਦੁਸਤਾਨ ਦੇ ਵਿੱਚ। ਕਦੀ ਉਹਨਾਂ ਨੇ ਅਕਾਊਂਟ ਨਹੀਂ ਖੋਲ੍ਹਿਆ ਸੀ, ਪੂਰਾ ਸਬਜ਼ੀ ਦਾ ਵਪਾਰ ਉਹਨਾਂ ਕੋਲ ਹੈ, ਕਦੀ ਅਕਾਊਂਟ ਨਹੀਂ ਖੋਲ੍ਹਿਆ ਸੀ, ਪੂਰਾ ਫਰੂਟ ਦਾ ਅਕਾਊਂਟ, ਪੂਰਾ ਮੁਰਗੇ ਦਾ ਅਕਾਊਂਟ, ਮੱਛੀ ਦਾ ਕੰਮ, ਸਾਰਾ ਇੱਕੋ ਕੋਲ ਬੰਦੇ ਕੋਲ ਹੈ, ਕਦੀ ਅਕਾਊਂਟ ਨਹੀਂ ਖੁੱਲਿਆ ਸੀ। ਅੱਜ ਤੁਸੀਂ ਟ੍ਰਾਂਜੈਕਸ਼ਨ ਖੁੱਲਦੇ ਹੋ, ਅਕਾਊਂਟ ਖੁੱਲੇ ਹੋਏ ਨੇ, ਉਹ ਅਗਰ ਕਾਲਾ ਤਨ ਟ੍ਰਾਂਜੈਕਸ਼ਨ ਦੇ ਵਿੱਚ ਆਇਆ ਤਾਂ ਚਿੱਟਾ ਹੋ ਗਿਆ, ਹੋਰ ਕੋਈ ਕਾਲਾ ਪੇਂਟ ਮਾਰ ਕੇ ਥੋੜ੍ਹਾ ਲੈਣਾ ਹੈਗਾ। ਉਹ ਪੈਸਾ ਹੁਣ ਥਰੂ ਬੈਂਕ ਜਾ ਰਿਹਾ, ਚਾਹੇ PayTM ਨਾਲ ਜਾ ਰਿਹਾ ਜਾਂ ATM ਨਾਲ ਜਾ ਰਿਹਾ, ਬੈਂਕਾਂ ਦੇ ਉੱਪਰ ਲਗਾਮ ਹੋ ਗਈ। ਜਿਹੜਾ ਸਾਡੇ ਲੀਡਰਾਂ ਦਾ ਕਾਲਾ ਤਨ ਬਾਹਰ ਗਿਆ ਸੀ, ਇਹ ਕੋਹ ਕਾਲੇ ਤਨ ਦੀ ਵੀ ਗੱਲ ਹੋਈ ਸੀ ਕਿ ਵਾਪਸ ਆਊਗਾ, ਸਾਰਾ ਕਾਂਗਰਸ ਹੀ ਦਾ, ਤੇ ਫਿਰ ਸਰਕਾਰ ਤੁਹਾਡੀ ਸੀ, ਆਇਆ ਕਿਉਂ ਨਹੀਂ ਵਾਪਸ? ਮੇਰੀ ਗੱਲ ਧਿਆਨ ਨਾਲ ਸੁਣੋ ਫਿਰ ਕਿ ਜਿਹੜਾ ਪੈਸਾ ਕਾਂਗਰਸੀਆਂ ਦਾ 64 ਸਾਲ ਤੱਕ ਲੱਗਦਾ ਰਿਹਾ ਉੱਥੇ, ਪਹਿਲੇ ਉਹਨੂੰ ਪ੍ਰੂਫ ਕਰਨ 'ਚ 10 ਸਾਲ ਚਾਹੀਦੇ ਨੇ। ਇਹਨਾਂ ਨੇ ਐਸੇ ਪੱਕੇ ਕੰਮ ਕੀਤੇ ਹੋਏ, ਹੋਰ ਮੰਗਦੇ ਆ ਤੁਸੀਂ ਕਾਲਾ ਤਨ ਵਾਪਸ ਲਿਆਉਣਾ? ਬਿਲਕੁਲ, ਇਟਲੀ ਵਰਗੀ ਜਗ੍ਹਾ 'ਤੇ ਜਾ ਕੇ ਪੈਸਾ ਲਾਇਆ ਕਾਂਗਰਸ ਪਾਰਟੀ ਦੇ ਲੀਡਰਾਂ ਨੇ, ਸਭ ਨੂੰ ਪਤਾ ਹੈਗਾ, ਉਹਦੇ ਖਾਤੇ ਖੁੱਲ੍ਹ ਕੇ ਆ ਗਏ ਸਾਹਮਣੇ। ਉਹਨੂੰ ਲਿਆਉਣ ਵਾਸਤੇ ਪਹਿਲੇ ਤਾਂ ਸਾਨੂੰ ਸਾਬਿਤ ਕਰਨਾ ਪਏਗਾ, ਕਿਉਂਕਿ ਬੇਨਾਮੀ ਸੰਪੱਤੀਆਂ ਨੇ ਉੱਥੇ। 5 ਸਾਲ ਦਾ ਸਮਾਂ ਲੰਘ ਚੁੱਕਾ ਨਾ,
ਦਰਬਾਰ ਸਾਹਿਬ ਦੇ ਆਸ ਪਾਸ ਦੀ ਖੂਬਸੂਰਤੀ ਦੇਖਦੇ ਹਾਂ, ਹਰਿਮੰਦਰ ਸਾਹਿਬ ਦੇ ਆਸ ਪਾਸ ਦੀ ਖੂਬਸੂਰਤੀ ਦੇਖਦੇ ਹਾਂ, ਸਾਨੂੰ ਲੱਗਦਾ ਯਾਰ ਕੰਮ ਤਾਂ ਕਿਤੇ ਨਾ ਕੰਮ ਨਜ਼ਰ ਆ ਰਹੇ ਨੇ ਦੇਖਣ ਨੂੰ। ਦਰਬਾਰ ਸਾਹਿਬ ਦੀ ਖੂਬਸੂਰਤੀ ਤੁਸੀਂ ਗੱਲ ਕਰ ਰਹੇ ਹੈਗੇ ਆ, ਬਿਲਕੁਲ ਬਾਹਰ ਦੀ, ਪਰ ਸ਼ਹਿਰ ਦੀ ਜਦੋਂ ਗੱਲ ਕੀਤੀ ਸੀ ਪੂਰੀ ਸਾਹਿਬ ਨਾਲ, ਕਿਤੇ ਨਾ ਕਿਤੇ ਉਹਨਾਂ ਕਿਹਾ ਕਿ ਉਹ ਜਗ੍ਹਾ ਦੇ ਵਿੱਚ ਜ਼ਰੂਰ ਕੰਮ ਹੋਇਆ, ਕਿਉਂਕਿ ਅਕਾਲ ਚੈਨਲ ਸਪੈਸ਼ਲ ਹਰਦੀਪ ਸਿੰਘ ਪੁਰੀ ਨੂੰ ਮਿਲਿਆ ਸੀ, ਉਹਨਾਂ ਨੇ ਗੱਲ ਕੀਤੀ ਸੀ ਕਿ ਅਸੀਂ ਇਹਨੂੰ ਇੱਕ ਵਧੀਆ ਤਰੀਕੇ ਦੇ ਨਾਲ ਹਰ ਗਲੀ ਬਾਜ਼ਾਰ ਬਣਾਵਾਂਗੇ। ਜਦੋਂ ਪਹਿਲਾਂ ਸਾਨੂੰ ਟਾਈਮ ਮਿਲਦਾ ਉਹ ਉਦੋਂ ਗਲੀ ਬਾਜ਼ਾਰ ਕਿਉਂ ਨਹੀਂ ਬਣਾਏ ਜਾਂਦੇ, 70-72 ਸਾਲ ਦੇ ਰਾਜ ਭਾਗ ਦੇ ਵਿੱਚ ਅਸੀਂ ਗਲੀ ਬਾਜ਼ਾਰ ਤੱਕ ਸੀਮਤ ਰਵਾਂਗੇ ਜਾਂ ਸਾਡੀ ਜਵਾਨੀ ਬਾਰੇ ਵੀ ਕੁਝ ਸੋਚਿਆ ਜਾਊਗਾ, ਸਾਡੀ ਕਿਸਾਨੀ ਬਾਰੇ ਵੀ ਕੁਝ ਸੋਚਿਆ ਜਾਊਗਾ? ਦੇਖੋ ਸੱਚ ਗੱਲ ਹੈ ਕਿ ਅੰਮ੍ਰਿਤਸਰ ਸਿਫਤੀ ਦਾ ਘਰ, ਇੱਕ ਨਾਮ ਬਹੁਤ ਵੱਡਾ ਹੈ ਜੀ, ਹਰ ਫੈਸਿਲਿਟੀ ਦਰਬਾਰ ਸਾਹਿਬ ਦੇ ਆਸ ਪਾਸ ਹੈਗੀ, ਹਰ ਫੈਸਿਲਿਟੀ ਅੰਮ੍ਰਿਤਸਰ ਦੇ ਵਿੱਚ ਹੈਗੀ ਹੈ। ਸਭ ਤੋਂ ਵੱਡੀ ਗੱਲ ਹੈ ਕਿ ਉਹ ਇੱਕ ਇੰਟਰਨੈਸ਼ਨਲ ਜ਼ੋਨ ਬਣ ਚੁੱਕਿਆ ਹੈਗਾ ਕਿ ਦੁਨੀਆ ਦਾ ਕੋਈ ਐਸਾ ਵਿਅਕਤੀ ਨਹੀਂ ਜਿਹੜਾ ਅੰਮ੍ਰਿਤਸਰ ਨਹੀਂ ਆਉਣਾ ਚਾਹੁੰਦਾ। ਦਰਬਾਰ ਸਾਹਿਬ ਪਹਿਲੇ ਘੱਟ ਆਉਂਦੇ ਸੀ, ਜਦੋਂ ਤੋਂ ਚੈਨਲਾਂ ਨੇ ਉਹਨੂੰ ਹਾਈਲਾਈਟ ਕੀਤਾ ਔਰ ਉਸ ਤੋਂ ਬਾਅਦ ਜਦੋਂ ਖੂਬਸੂਰਤੀ ਆ ਗਈ, ਅਸੀਂ ਰਾਤ ਵੇਲੇ ਕਿਤੇ ਜਾਂਦੇ ਹਾਂ ਦਰਬਾਰ ਸਾਹਿਬ ਦੇ ਆਸ ਪਾਸ, ਜਲ੍ਹਿਆਂ ਵਾਲੇ ਬਾਗ ਦੇ ਆਸ ਪਾਸ, ਸਾਨੂੰ ਲੱਗਦਾ ਕਿ ਅਸੀਂ ਲੰਡਨ ਆ ਗਏ ਹਾਂ, ਕਿਤੇ ਅਮਰੀਕਾ 'ਚ ਆ ਗਏ ਹਾਂ, ਕਿਉਂਕਿ ਇੰਨੀ ਖੂਬਸੂਰਤੀ ਹੈ। ਉਹ ਦੇਖੋ ਇੱਕ ਚੀਜ਼ ਸ਼ੁਰੂਆਤ ਹੋਈ, ਐਂ ਨਹੀਂ ਹੋ ਸਕਦਾ ਇੱਕਦਮ ਸਾਰਾ ਸ਼ਹਿਰ ਉਜੜ ਜਾਏ ਬਣ ਜਾਏ, ਉਹਨੂੰ ਟਾਈਮ ਲੱਗਦਾ ਜੀ। ਦਿੱਲੀ ਵਿੱਚ ਕਾਮਨਵੈਲਥ ਦਿਵਸ 'ਤੇ ਜਦੋਂ ਕੰਮ ਕੀਤਾ ਗਿਆ ਉਹਨੂੰ 14 ਸਾਲ ਲੱਗੇ ਤਿਆਰ ਹੋਣ 'ਚ, 14 ਸਾਲ ਪੂਰੇ, ਪਹਿਲੇ ਮੈਟਰੋ ਆਈ, ਫਿਰ ਸੜਕਾਂ ਬਣੀਆਂ, ਫਿਰ ਫਲਾਈਓਵਰ ਬਣੇ, ਔਰ ਉਹ ਪ੍ਰੋਜੈਕਟ ਅੱਜ ਤੱਕ ਚੱਲ ਰਹੇ ਨੇ। ਤੁਸੀਂ ਦੇਖੋ 10 ਸਾਲ ਹੋ ਗਏ ਨੇ ਕਾਮਨਵੈਲਥ ਨੂੰ ਖਤਮ ਹੋਇਆ, ਅੱਜ ਤੱਕ ਉਹ ਪ੍ਰੋਜੈਕਟ ਚੱਲਦੇ ਪਏ ਨੇ। ਅਤੇ ਇਸ ਤਰ੍ਹਾਂ ਹੀ ਅੰਮ੍ਰਿਤਸਰ ਦਾ ਜੋ ਇੰਨਾ ਵੱਡਾ ਇਹਨਾਂ ਨੇ ਬੀੜਾ ਚੁੱਕਿਆ, ਔਰ ਪੂਰੀ ਸਾਹਿਬ ਤਾਂ ਬਹੁਤ ਹੀ ਅੱਛੇ ਬੰਦਿਆਂ ਨੇ ਕੰਮ ਕਰਨ ਦੇ ਵਿੱਚ, ਲੇਕਿਨ ਉਹ ਤਰੀਕੇ ਨਾਲ ਕਰਨਗੇ, ਉਹਦੇ ਪ੍ਰੋਜੈਕਟ ਬਣਨਗੇ, ਫਿਰ ਫੰਡਿੰਗ ਆਏਗੀ, ਔਰ ਉਹ ਕਰਨਗੇ। ਮੈਨੂੰ ਲੱਗਦਾ ਉਹ ਬਹੁਤ ਹੀ ਅੱਛੇ ਆਦਮੀ ਨੇ। ਲਾਸਟ ਦੇ ਵਿੱਚ ਮੈਂ ਗੱਲ ਕਰੂੰਗਾ ਨੌਜਵਾਨੀ ਦੀ, ਨੌਜਵਾਨੀ ਅਤੇ ਕਿਸਾਨੀ ਦੀ। ਇੱਕ ਸਮਾਂ ਸੀ ਜਦੋਂ ਨੌਜਵਾਨੀ ਦਾ ਘਾਣ ਹੋਇਆ ਅਤੇ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਜਿਹੜੇ ਸਾਡੇ ਨੌਜਵਾਨ ਸੀ ਉਹ ਘਰਾਂ ਤੋਂ ਜਾਂਦੇ ਸੀ, ਵਾਪਸ ਨਹੀਂ ਸੀ ਮੁੜਦੇ। ਉਹ ਤੋਂ ਬਾਅਦ ਸਮਾਂ ਆਇਆ, ਨਸ਼ਿਆਂ ਦਾ ਰੁਝਾਨ ਆ ਗਿਆ, ਨਸ਼ੇ ਦੇ ਵਿੱਚ ਸਾਡੀ ਜਵਾਨੀ ਲਗਭਗ ਬਹੁਤ ਹੱਦ ਤੱਕ ਜਿਹੜੀ ਘਿਰ ਚੁੱਕੀ ਸੀ। ਇਸ ਟਾਈਮ ਦੇ ਉੱਤੇ ਸਾਡੀ ਨੌਜਵਾਨੀ ਬਿਲਕੁਲ ਬਾਹਰ ਨੂੰ ਜਾ ਰਹੀ ਆ, ਕਿਤੇ ਨਾ ਕਿਤੇ ਲੱਗਦਾ ਨਹੀਂ ਤੁਹਾਡੀਆਂ ਸਾਡੀਆਂ ਸਰਕਾਰਾਂ ਫੇਲ ਆ, ਨੌਜਵਾਨੀ ਨੂੰ ਅਸੀਂ ਆਪਣੇ ਹੱਥੋਂ ਗਵਾ ਰਹੇ ਹਾਂ? ਦੇਖੋ ਜੀ, ਇਹ ਸ਼ੁਰੂਆਤ ਕਾਂਗਰਸ ਨੇ ਕੀਤੀ ਹੈ ਜਦੋਂ ਅੱਤਵਾਦ ਦਾ ਦੌਰ ਆਇਆ, ਔਰ ਅੱਤਵਾਦ ਦਾ ਦੌਰ ਆਇਆ ਵੀ ਕਿਉਂ, ਉਹ ਸਾਡੇ ਸਿੱਖੀ ਦੇ ਮਜ਼ਹਬ ਦੇ ਸਾਡੇ ਧਾਰਮਿਕ ਮਾਮਲਿਆਂ ਦੇ ਵਿੱਚ ਕਾਂਗਰਸ ਨੇ ਇੰਟਰਫੈਰੈਂਸ ਸ਼ੁਰੂ ਕਰਤੀ, ਚਾਹੇ ਉਹ ਗਿਆਨੀ ਜੇਲ ਸਿੰਘ ਦੇ ਥਰੂ ਕਰਾਈ, ਚਾਹੇ ਇੰਦਰਾ ਗਾਂਧੀ ਨੇ ਕਰਾਈ, ਜਿਵੇਂ ਵੀ ਕੀਤੀ, ਉਹ ਐਸੀ ਇੰਟਰਫੇਰੈਂਸ ਵਧੀ ਕਿ ਸਾਡੇ ਬੱਚਿਆਂ ਨੂੰ ਲੱਗਿਆ ਕਿ ਸਾਨੂੰ ਤਾਂ ਹੁਣ ਪੰਜਾਬ ਦੇ ਵਿੱਚ ਡਰ ਲੱਗਦਾ ਹੈ। ਕਿਉਂ ਲੱਗਦਾ ਡਰ? KPS ਗਿੱਲ ਵਰਗੇ ਬੰਦੇ ਲਾ ਤੇ ਕਿ ਜਿਹੜਾ ਨੌਜਵਾਨ ਬੰਦਾ ਚੁੱਕੋ ਜਾਂ ਉਹਨੂੰ ਠੋਕ ਦਿਉ ਜਾਂ ਉਹਨੂੰ ਜੇਲ੍ਹ 'ਚ ਪਾ ਦਿਉ। ਲੇਕਿਨ ਉਹ ਵਕਤ ਐਸਾ ਬੁਰਾ ਆਇਆ ਕਿ ਸਾਡੀ ਇੱਕ ਪਨੀਰੀ ਬਾਹਰ ਚਲੀ ਗਈ, ਜਾਂ ਤਾਂ ਮਾਰ ਦਿੱਤੀ ਗਈ ਜਾਂ ਉਹ ਦੇਸ਼ ਤੋਂ ਬਾਹਰ ਚਲੀ ਗਈ। ਉਹ ਇੰਨਾ ਨਸ਼ਿਆਂ ਨੇ ਵੀ ਖਪਤ ਕਰ ਲਈ ਸੀ ਉਸ ਟਾਈਮ ਦੇ ਉੱਤੇ, ਰਾਜ ਉਹ ਤੇ ਇੱਕ ਅਕਾਲੀ ਦਲ ਤੇ ਟੌਂਟ ਕੱਸੇ ਜਾਂਦੇ ਕਿ ਉਦੋਂ ਰਾਜ ਭਗਤ ਤੁਹਾਡਾ ਸੀ। ਸਰ ਮੇਰੀ ਗੱਲ ਧਿਆਨ ਨਾਲ ਸੁਣੋ, ਉਹ ਸਟੇਜ ਐਸੀ ਆ ਗਈ ਇੱਕ ਵਾਰੀ ਕਿ ਲੋਕ ਬੱਚੇ ਸਾਡੇ ਦਹਿਸ਼ਤ 'ਚ ਆ ਗਏ। ਇਹ ਵੀ ਗੱਲ ਬਹੁਤ ਛੋਟੀ ਹੈ, ਜਿਹੜੀ ਮਿਲਟਰੀ ਲਗਾਈ ਸੈਂਟਰ 'ਚ, ਸੈਂਟਰ ਨੇ ਮਿਲਟਰੀ ਲੈ ਕੇ ਲਗਾਈ, ਉਹਨੇ ਸਾਡੀਆਂ ਧੀਆਂ ਭੈਣਾਂ ਦੀਆਂ ਇੱਜ਼ਤਾਂ ਵੀ ਲੁੱਟੀਆਂ, ਉਹਨਾਂ ਨੇ ਨਸ਼ੇ ਵੀ ਕਰਾਏ ਇੱਥੇ, ਉਹਨਾਂ ਨੇ ਬੜੇ ਕਰਮ ਕੀਤੇ, ਅੱਕੇ ਹੋਏ ਸਨ, ਉਹ ਬਾਹਰੋਂ ਆਏ ਸਨ, ਉਹਨਾਂ ਨੇ ਤਹਿਲਕਾ ਮਚਾ ਦਿੱਤਾ ਜੀ। ਬਦਨਾਮ ਕੌਣ ਹੋਇਆ? ਸਾਡੇ ਬੱਚੇ ਬਦਨਾਮ ਹੋਏ, ਉਹ ਬੱਚਿਆਂ ਨੂੰ ਕੀ ਕਰਨਾ ਪਿਆ? ਹਿੰਦੁਸਤਾਨ ਛੋੜ ਕੇ ਬਾਹਰ ਜਾਣਾ ਪਿਆ, ਜਾਂ ਉਹਨਾਂ ਨੂੰ ਕਈਆਂ ਨੇ ਆਪਣੇ ਕੇਸ ਕਤਲ ਕਰਾ ਤੇ, ਕਈ ਸੱਜੇ ਖੱਬੇ ਹੋ ਗਏ, ਕਈ ਅੰਡਰਗਰਾਊਂਡ ਹੋ ਗਏ, ਉਹ ਕਈ ਹੋ ਸਕਦਾ ਅੱਤਵਾਦੀਆਂ ਦੇ ਨਾਲ ਵੀ ਲੱਗੇ ਹੋਣ ਉਸ ਵੇਲੇ ਦਹਿਸ਼ਤ 'ਚ ਆ ਕੇ। ਲੇਕਿਨ ਉਹ ਕਿਹਨੇ ਕੀਤਾ? ਕਾਂਗਰਸ ਨੇ ਕਰਾਇਆ। ਇਹ ਸਭ ਨੂੰ ਪਤਾ ਹੈ ਕਿ ਉਹ ਹਾਦਸਾ ਸਾਰਾ ਜੋ ਹੋਇਆ ਕਾਂਗਰਸ ਨੇ ਕਰਾਇਆ। ਔਰ ਜਦੋਂ ਬਲੂ ਸਟਾਰ ਆਪਰੇਸ਼ਨ ਹੋਇਆ, ਦਰਬਾਰ ਸਾਹਿਬ ਦੇ ਉੱਤੇ ਅਟੈਕ ਹੋਇਆ, ਬੁਲਡੋਜ਼ਰ ਚੱਲੇ, ਉਸ ਵੇਲੇ ਜਦੋਂ ਸਾਡੀ ਸੰਗਤ ਆਹਤ ਹੋਈ ਤਾਂ ਲੋਕਾਂ ਨੂੰ ਸਮਝ ਆਏ ਕਿ ਇਹ ਕਾਂਗਰਸ ਸਾਡੇ ਨਾਲ ਬਹੁਤ ਵੱਡਾ ਖਿਲਵਾੜ ਕਰ ਰਹੀ ਹੈ। ਹੋਰ ਉਸ ਤੋਂ ਵੀ ਬਾਅਦ ਕਾਂਗਰਸ ਨਹੀਂ ਸੁਧਰੀ। ਉਹਨਾਂ ਨੇ ਜਦੋਂ ਬੀਬੀ ਮਰੀ ਆ ਅਤੇ ਉਹਨਾਂ ਨੇ ਕਿਹਾ ਜੀ ਰਾਜੀਵ ਗਾਂਧੀ ਨੇ ਕਿ ਬੜਾ ਪੇੜ ਗਿਰਤਾ ਤੋਂ ਧਰਤੀ ਹਿਲਤੀ ਹੈ। ਮੈਂ ਪੁੱਛਣਾ ਚਾਹੁੰਦਾ ਰਾਜੀਵ ਗਾਂਧੀ ਜੀ, ਇਹ ਸਾਰਾ ਧਰਤੀ ਇਸ ਵੇਲੇ ਕਿਉਂ ਹਿਲੀ ਸਿੱਖਾਂ ਵੇਲੇ? ਅਗਰ ਬੜਾ ਪੇੜ ਤਾਂ ਤਾਂ ਵੀ ਗਿਰਿਆ ਸੀ ਜਦੋਂ ਨਾਥੂ ਰਾਮ ਗੋਡਸੇ ਨੇ ਮਹਾਤਮਾ ਗਾਂਧੀ ਨੂੰ ਮਾਰਿਆ ਸੀ, ਤਾਂ ਧਰਤੀ ਕਿਉਂ ਨਹੀਂ ਹਿਲੀ? ਲਿੱਟੇ ਵਾਲਿਆਂ ਨੇ ਰਾਜੀਵ ਗਾਂਧੀ ਨੂੰ ਮਾਰਿਆ, ਤਾਂ ਧਰਤੀ ਕਿਉਂ ਨਹੀਂ ਹਿਲੀ? ਲਿੱਟੇ ਵਾਲਿਆਂ ਨੂੰ ਕਿਉਂ ਨਹੀਂ ਮਾਰਿਆ ਲੋਕਾਂ ਨੇ? ਇਹ ਐਸਾ ਕਿਹੜਾ ਪ੍ਰੀ ਪਲਾਨ ਹੋ ਗਿਆ ਰਾਤੋ ਰਾਤ ਕਿ ਸਾਰੇ ਥਾਣੇ ਬੰਦ, ਸਾਰੇ ਹਸਪਤਾਲ ਬੰਦ, ਪੁਲਿਸ ਗਾਇਬ, ਮਿਲਟਰੀ ਗਾਇਬ, ਔਰ ਘਰੋਂ ਕੱਢ ਕੱਢ ਕੇ ਬੱਚਿਆਂ ਦੇ ਗਲਾਂ 'ਚ ਟਾਇਰ ਪਾ ਕੇ ਉਹਨਾਂ ਨੂੰ ਕਿਵੇਂ ਸਾੜਿਆ ਗਿਆ? ਗੱਡੀਆਂ ਨਾਲ ਘਸੀਟ ਘਸੀਟ ਕੇ ਸੜਕਾਂ ਦੇ ਉੱਤੇ ਰਜਾਈ ਦੇ ਗੱਦੇ ਪਾ ਕੇ, ਤੇਲ ਪਾ ਕੇ, ਇੱਕੋ ਜਿਹਾ ਪਾਊਡਰ, ਲਿਸਟਾਂ ਹੱਥ 'ਚ, ਮਕਾਨਾਂ ਦੇ ਨਿਸ਼ਾਨ ਲੱਗੇ ਹੋਏ ਨੇ। ਮੈਂ ਦਿੱਲੀ ਦਾ ਰਹਿਣ ਵਾਲਾ ਜੀ, ਮੈਂ ਅੱਖਾਂ ਦੇ ਸਾਹਮਣੇ ਸਾਰੇ ਸਭ ਕੁਝ ਦੇਖਿਆ ਜੀ, ਆਪਣੇ ਅੱਖਾਂ ਸਾਹਮਣੇ। ਇੱਕ ਬੱਸ ਨੂੰ ਅੱਗ ਲੱਗੀ ਵੀ ਇਹ ਲੋਕਾਂ ਚੁੱਕ ਚੁੱਕ ਬੱਸ ਦੇ ਵਿੱਚ ਸੁੱਟਦੇ ਪਏ ਨੇ, ਅਤੇ ਉਹ ਅਸੀਂ ਕਿਵੇਂ ਭੁੱਲ ਸਕਦੇ ਹਾਂ ਜੋ ਕਾਂਗਰਸ ਨੇ ਕਰਾਇਆ ਸਾਡੇ ਨਾਲ? ਇਸ ਕਰਕੇ ਮੈਂ ਸਮਝਦਾ ਕਿ ਅੱਜ ਵੀ ਕੋਈ ਅਗਰ ਸੱਚਾ ਸਿੱਖ ਹੈ, ਛੱਡ ਦਿਓ ਪੋਲੀਟਿਸ਼ਨ ਦੂਜੇ ਪਾਸੇ, ਲੇਕਿਨ
ਕਿ 34 ਸਾਲ ਤੋਂ ਬਾਅਦ ਵੀ ਸਰਕਾਰਾਂ ਉਹਨਾਂ ਦੀਆਂ ਕਹਿੰਦੀਆਂ ਨੇ, ਉਹਨਾਂ ਦੀ ਪਾਰਟੀਆਂ ਕਹਿੰਦੀਆਂ ਨੇ ਕਿ ਕੀ ਪ੍ਰੂਫ ਹੈ? ਵਾਹ, ਇੱਕ ਜੇਬ ਕਤਰੇ ਨੂੰ ਫੜ ਲਓ ਅਤੇ ਪ੍ਰੂਫ ਹੈ। ਮਤਲਬ ਇੱਕ ਇੱਕ ਬੰਦੇ ਦਾ ਕਾਤਿਲ ਕਾਤਿਲ, ਹਜ਼ਾਰ ਬੰਦਿਆਂ ਦਾ ਕਾਤਿਲ ਹਿਟਲਰ, ਰਾਜਾ ਮਹਾਰਾਜਾ, ਉਹ ਹਾਲ ਹੈ ਇਹਨਾਂ ਦਾ। ਕਲਾਸ ਦੇ ਵਿੱਚ ਮੈਂ ਗੱਲ ਕਰੂੰਗਾ, ਬੀਬੀ ਜੀ ਦੇ ਪ੍ਰਚਾਰ ਦੇ ਵਿੱਚ ਇਸ ਟਾਈਮ ਦੇ ਉੱਤੇ ਜਿਹੜੇ ਕਿ ਵਿਰੋਧੀ ਧਿਰ ਕਹਿ ਰਹੀ ਹੈਗੀ ਆ ਕਿ ਕਿਤੇ ਨਾ ਕਿਤੇ ਦਿੱਲੀ ਕਮੇਟੀ ਬਹੁਤ ਵੱਡਾ ਯੋਗਦਾਨ ਪਾ ਰਹੀ ਆ ਅਤੇ SGPC ਬਹੁਤ ਵੱਡਾ ਯੋਗਦਾਨ ਪਾ ਰਹੀ ਆ। ਸਾਡਾ ਨੈਤਿਕ ਫੌਜ ਬਣਦਾ ਜਿਹੜੇ ਕਾਰਜਕਰਤਾ, ਮੈਂ SGPC ਬਾਰੇ ਨਹੀਂ ਕਹਾਂਗਾ, DSGPC ਦੇ ਬਾਰੇ ਨਹੀਂ ਕਹਾਂਗਾ। ਅਸੀਂ ਲੋਕ ਜਿਹੜੇ ਅਕਾਲੀ ਦਲ ਦੇ ਜੁੜੇ ਹੋਏ ਹਾਂ ਜੀ, ਸਾਨੂੰ ਤਿੰਨ ਤਿੰਨ ਚਾਰ ਗੱਡੀਆਂ ਦਾ ਬੜਾ ਜ਼ਿਕਰ ਹੋਇਆ ਸੀ, ਸਾਨੂੰ ਤਿੰਨ ਤਿੰਨ ਚਾਰ ਚਾਰ ਵਾਰ ਉਹਨਾਂ ਨੇ ਟਿਕਟਾਂ ਦੇ ਕੇ ਜਿਤਾਇਆ ਜੀ। ਦਿੱਲੀ ਵਰਗੇ ਸ਼ਹਿਰ 'ਚ ਅਕਾਲੀ ਦਲ ਦਾ ਜਿੱਤਣਾ, ਕੌਂਸਲਰ ਜਿੱਤਣਾ, MLA ਜਿੱਤਣਾ, ਇਹ ਬਹੁਤ ਵੱਡੀ ਗੱਲ ਹੈ ਜੀ। ਅਤੇ ਅਸੀਂ ਆਪਣੇ ਨਾਤੇ 'ਤੇ ਆਏ ਹਾਂ, ਸਾਨੂੰ ਕੋਈ ਪਾਰਟੀ ਨੇ ਨਹੀਂ ਕਿਹਾ ਕਿ ਤੁਸੀਂ ਸਾਰਾ ਉੱਥੋਂ ਪੈਸਾ ਲੈ ਕੇ ਆ ਜਾਓ ਜਾਂ DSPG ਲੈ ਕੇ ਆ ਜਾਓ। ਅਸੀਂ ਆਪਣੇ ਪੈਸੇ ਨਾਲ ਆਏ ਹਾਂ ਜੀ, ਆਪਣੇ ਹੋਟਲਾਂ 'ਚ ਰਹਿ ਰਹੇ, ਰੋਟੀ ਆਪ ਖਾ ਰਹੇ ਹਾਂ ਜੀ। ਸਾਡਾ ਨੈਤਿਕ ਫਰਜ਼ ਬਣਦਾ ਕਿ ਸਾਡੀ ਲੀਡਰ ਹੈ ਬੀਬਾ ਹਰਸਿਮਰਤ ਕੌਰ, ਸਾਡੇ ਲੀਡਰ ਹੈ ਆਪਣੇ ਬਾਦਲ ਸਾਹਿਬ, ਸਾਡੇ ਲੀਡਰ ਹੈਗੇ ਹੈ। ਇਸ ਕਰਕੇ ਅਸੀਂ ਆਪਣੇ ਦਿਲੋਂ ਆਏ ਹਾਂ ਜੀ, ਅਸੀਂ ਕੋਈ ਨਜਾਇਜ਼ ਪੈਸਾ 1 ਰੁਪਿਆ ਵੀ ਗੁਰੂ ਦੀ ਗੋਲਕ ਦਾ ਨਹੀਂ ਲਗਾ ਰਹੇ ਹੈਗੇ। ਲੋਕਾਂ ਨੂੰ ਕਹਿਣ ਦੇ ਲੋਕ ਤਾਂ ਕਹਿੰਦੇ ਆ ਜੀ, ਬਿਲਕੁਲ ਜੀ। ਇਹ ਸਨ ਜਤਿੰਦਰ ਸਿੰਘ ਸ਼ੈਂਟੀ ਜੀ, ਦਿੱਲੀ ਤੋਂ ਜਿਹੜੇ ਵਿਸ਼ੇਸ਼ ਤੌਰ 'ਤੇ ਚੋਣ ਪ੍ਰਚਾਰ ਕਰਨ ਵਾਸਤੇ ਬੀਬਾ ਹਰਸਿਮਰਤ ਕੌਰ ਬਾਦਲ ਦਾ ਇੱਥੇ ਪਹੁੰਚੇ ਹੈਗੇ ਬਠਿੰਡੇ ਦੀ ਧਰਤੀ 'ਤੇ, ਅਤੇ ਜਿਹੜੇ ਜਿੱਤ ਯਕੀਨੀ ਦੱਸ ਰਹੇ ਆ ਕਿ ਕਾਫਲਾ ਜਿਹੜਾ ਹੈਗਾ ਵਾ ਬੀਬੀ ਦਾ ਰੋਕਣਾ ਮੁਸ਼ਕਲ ਆ, ਇਹ ਦੱਸਿਆ ਜਾ ਰਿਹਾ ਹੈਗਾ ਵਾ ਅਕਾਲੀ ਦਲ ਵੱਲੋਂ। ਵਰਿੰਦਰ ਸ਼ਰਮਾ ਜੀ ਸਾਡੇ ਨਾਲ ਹੈਗੇ ਆ ਲੋਕਲ ਇੱਥੋਂ BJP ਤੋਂ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਕਿਵੇਂ ਦਾ ਲੱਗਦਾ ਤੁਹਾਨੂੰ? ਜਤਿੰਦਰ ਸਿੰਘ ਸ਼ੈਂਟੀ ਨੇ ਬੜੇ ਵਿਚਾਰ ਦੱਸਿਆ ਅਤੇ ਦੱਸਿਆ ਵੀ ਹੈਗਾ ਕਿ ਬੀਬਾ ਹਰਸਿਮਰਤ ਕੌਰ ਬਾਦਲ ਜਿੱਤ ਰਹੇ ਹੈਗੇ ਆ ਇਸ ਟਾਈਮ 'ਤੇ, ਬਿਲਕੁਲ ਤੁਹਾਡੇ ਦਫ਼ਤਰ ਦੇ ਬਾਹਰ ਖੜ੍ਹੇ ਹੈਗੇ ਹਾਂ। ਬੀਬਾ ਹਰਸਿਮਰਤ ਕੌਰ ਬਾਦਲ ਦਾ ਜਿਹੜਾ ਦਫ਼ਤਰ ਹੈਗਾ ਵਾ ਉਸ ਦਫ਼ਤਰ ਦੇ ਬਿਲਕੁਲ ਬਾਹਰ ਖੜ੍ਹੇ ਹਾਂ। ਥੋੜ੍ਹੀ ਦੇਰ ਤੱਕ ਇੱਥੋਂ ਰੋਡ ਸ਼ੋਅ ਵੀ ਕੱਢਿਆ ਜਾ ਰਿਹਾ ਹੈਗਾ ਵਾ, 1 ਜਾਂ 2 ਦਿਨ ਰਹਿ ਚੁੱਕੇ ਆ, 2 ਦਿਨ ਦੇ ਵਿੱਚ ਪ੍ਰਚਾਰ ਹੋਣਾ ਵਾ ਕੱਲ੍ਹ ਤੱਕ ਦਾ। ਵਰਿੰਦਰ ਸ਼ਰਮਾ ਜੀ, ਕੀ ਲੱਗਦਾ ਤੁਹਾਨੂੰ, ਬਠਿੰਡੇ ਦੀ ਸੀਟ ਜਿੱਤੋਗੇ ਜਾਂ ਰਾਜਾ ਵੜਿੰਗ ਨੂੰ ਜਾਊਗੀ? ਇਹ ਸੀਟ ਜੀ 100% ਬੀਬਾ ਹਰਸਿਮਰਤ ਕੌਰ ਬਾਦਲ ਨੂੰ ਜਾਊਗੀ ਜੀ। ਇਸ ਦੇ ਲਈ ਸਾਡੀ ਭਾਰਤੀ ਜਨਤਾ ਪਾਰਟੀ ਦੀ ਪੂਰੀ ਟੀਮ, ਅਸੀਂ ਆਪਦਾ ਪੂਰਾ ਜ਼ੋਰ ਸ਼ੋਰ ਨਾਲ ਕੰਮ ਕਰ ਰਹੇ ਹਾਂ। ਬੀਬਾ ਜੀ ਨੂੰ ਹਰ ਹਾਲ ਦੇ ਵਿੱਚ ਜਿਤਾਵਾਂਗੇ। ਜਿਹੜੀਆਂ ਕੋਈ ਪਿੱਛੇ ਕਮੀਆਂ ਰਹਿ ਗਈਆਂ ਉਹ ਸਾਰੀਆਂ ਕਮੀਆਂ ਇਸ ਵਾਰੀ ਪੂਰੀਆਂ ਕਰ ਦੇਣੀਆਂ। ਪੰਜਾਬ ਨੂੰ ਕੈਲੀਫੋਰਨੀਆ ਦੀ ਗੱਲ ਕੀਤੀ ਸੀ ਅਤੇ ਮੈਂ ਇਸ ਸੀਟ ਦੀ ਗੱਲ ਕਰਦੇ ਹੈਗੇ ਹਾਂ, ਇਹੋ ਸੀਟ ਹੈਗੀ ਮੇਨ ਜਿਹੜੀ ਬਾਦਲ ਪਰਿਵਾਰ ਦੇ ਕੋਲ ਆ, 10 ਸਾਲ ਦਾ ਕਾਰਜਭਾਰ ਵੀ ਰਿਹਾ ਬੀਬਾ ਜੀ, ਕੇਂਦਰ ਦੇ ਮੰਤਰੀ ਸਨ। ਕਿਤੇ ਨਾ ਕਿਤੇ ਜਦੋਂ ਲੋਕਾਂ ਨਾਲ ਗੱਲ ਕੀਤੀ ਜਾਂਦੀ ਉਹ ਕਿਹਾ ਜਾਂਦਾ ਕਿ ਬਹੁਤ ਕਮੀਆਂ ਰਹਿ ਚੁੱਕੀਆਂ ਵਾ ਬਠਿੰਡੇ ਦੇ ਵਿੱਚ। ਜਿਹੜੀਆਂ ਕਮੀਆਂ ਨੇ ਜੀ, ਜਿਹੜੇ ਲੋਕ ਜਾਣੀ ਕਿ ਥੋੜ੍ਹੇ ਬਹੁਤ ਕਿਸੇ ਗੱਲੋਂ ਨਾਰਾਜ਼ ਹੁੰਦੇ ਨੇ ਜਾਂ ਉਲਟ ਪਾਰਟੀਆਂ ਦੇ ਬੰਦੇ ਹੁੰਦੇ ਨੇ, ਦੂਸਰੀਆਂ ਪਾਰਟੀਆਂ ਦੇ ਹੁੰਦੇ ਨੇ, ਉਹਨਾਂ ਨੇ ਤਾਂ ਇਹ ਗੱਲ ਕਹਿਣੀ ਹੁੰਦੀ ਆ ਵੀ ਆਹ ਕਮੀਆਂ ਰਹਿ ਗਈਆਂ। ਜਿਹੜੀਆਂ ਕਮੀਆਂ, ਜਿਹੜੀਆਂ ਬੀਬਾ ਜੀ ਨੇ ਇੱਥੇ ਸਹੂਲਤਾਂ ਲਿਆਂਦੀਆਂ, ਜੋ ਕੰਮ ਕਰਾਏ ਆ, ਉਹ ਲੋਕ ਵੇਖਦੇ ਨੇਗੇ। ਹੁਣ ਤੁਸੀਂ ਚੰਡੀਗੜ੍ਹ ਦੀ ਰੋਡ ਲਾ ਲਓ, ਇੱਥੋਂ ਚੰਡੀਗੜ੍ਹ ਜਾਂਦੇ ਹਾਂ, ਸਾਨੂੰ ਪਤਾ ਅਸੀਂ ਬਠਿੰਡੇ ਤੋਂ ਚੰਡੀਗੜ੍ਹ ਜਾਂਦੇ ਸੀ ਜਾਂ ਅਸੀਂ ਅੰਮ੍ਰਿਤਸਰ ਸਾਹਿਬ ਜਾਂਦੇ ਸੀਗੇ, ਸਾਨੂੰ ਪਤਾ ਅਸੀਂ ਕਿਵੇਂ ਜਾਂਦੇ ਸੀਗੇ। ਅਤੇ ਅੱਜ ਅਸੀਂ ਜਦੋਂ ਜਾਂਦੇ ਹਾਂ ਸਾਨੂੰ ਪਤਾ ਹੀ ਨਹੀਂ ਲੱਗਦਾ ਕਦੋਂ ਸੰਗਰੂਰ ਟੱਪ ਗਏ, ਕਦੋਂ ਅਸੀਂ ਬਰਨਾਲਾ ਟੱਪ ਗਏ, ਕਦੋਂ ਅਸੀਂ ਚੰਡੀਗੜ੍ਹ ਪਹੁੰਚ ਗਏ। ਉਹ ਚੀਜ਼ਾਂ ਨਹੀਂ ਲੋਕ ਦੇਖਦੇ। ਹੁਣ ਏਮਜ਼ ਆਇਆ, ਏਮਜ਼ ਨਾਲ ਸਾਡੇ ਬਠਿੰਡੇ ਦੀ ਕਿੰਨੀ ਤਰੱਕੀ ਹੋਣੀ ਹੈ, ਇਹ ਚੀਜ਼ ਨਹੀਂ ਲੋਕ ਵੇਖਦੇ। ਠੀਕ ਹੈ ਜੀ, ਤੁਸੀਂ ਪਿੱਛੇ ਜੀ ਸ਼ੈਂਟੀ ਜੀ ਤੋਂ ਇੱਕ ਸਵਾਲ ਪੁੱਛਿਆ ਵੀ ਕੈਂਸਰ, ਠੀਕ ਹੈ, ਬੀਬਾ ਜੀ ਨੇ ਗੜ੍ਹ ਵੀ ਬਠਿੰਡੇ ਨੂੰ ਕਿਹਾ ਜਾਂਦਾ, ਬਿਲਕੁਲ 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 ਪੂਰਾ ਮਾਲਵਾ ਜਿਹੜਾ ਹੈਗਾ ਉਹਨੂੰ ਕੈਂਸਰ ਦਾ ਗੜ੍ਹ ਕਿਹਾ ਜਾਂਦਾ ਸੀ। ਪਰ ਹੁਣ ਉਹਦੇ ਲਈ ਬੀਬਾ ਜੀ ਨੇ, ਸਾਡੇ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੀ ਸਰਕਾਰ ਨੇ ਇੱਥੇ ਤੁਸੀਂ ਸ਼ਾਇਦ ਦੇਖਿਆ ਹੋਊਗਾ ਹਰ ਵਾਰਡ ਦੇ ਵਿੱਚ RO ਲਵਾਤੇ ਹੈ, ਸਾਫ਼ ਪਾਣੀ ਮਿਲਣ ਲੱਗ ਗਿਆ ਲੋਕਾਂ ਨੂੰ। ਸਾਫ਼ ਪਾਣੀ ਮਿਲਣ ਦਾ ਜਿੱਥੇ ਇੱਕ ਇਹ ਵੀ ਬਹੁਤ ਵੱਡਾ ਕਾਰਨ ਸੀ ਕੈਂਸਰ ਹੋਣ ਦਾ, ਉਹਨਾਂ ਨੇ ਉਸ ਚੀਜ਼ ਦਾ ਵੀ ਉਪਰਾਲਾ ਕੀਤਾ, ਉਹ ਵੀ ਜਾਣੀ ਕਿ ਉਹਨਾਂ ਨੇ ਲਗਵਾਏ ਆ। ਉਸ ਤੋਂ ਬਾਅਦ ਕੈਂਸਰ ਹੋਸਪਿਟਲ ਵੀ ਖੁਲਵਾਇਆ ਹੋਇਆ, ਠੀਕ ਹੈ ਜੀ, ਜਿੱਥੇ ਬੜੇ ਨੋਮੀਨਲ ਚਾਰਜਸ ਦੇ ਉੱਤੇ ਇਲਾਜ ਹੁੰਦਾ ਕੈਂਸਰ ਦੇ, ਸੋਰੀ, ਜਿਹੜਾ ਏਮਜ਼ ਦਾ ਜਿਹੜਾ ਹੋਸਪਿਟਲ ਬਣਨਾ, ਉਹਦੇ ਵਿੱਚ ਵੀ ਕੈਂਸਰ ਦਾ ਇੱਕ ਵੱਖਰਾ ਡਿਪਾਰਟਮੈਂਟ ਬਣਨਾ ਜਿੱਥੇ ਉਹਦਾ ਇਲਾਜ ਵੀ ਬੜੇ ਨੋਮੀਨਲ ਚਾਰਜਸ 'ਤੇ ਹੋਣਾ। ਬਠਿੰਡੇ ਦੀ ਓਵਰਆਲ ਸੀਟ ਕਿਵੇਂ ਲੈਂਦੇ ਆ ਤੁਸੀਂ, ਕੀ ਲੱਗਦਾ ਕਿੰਨੀ ਕੁ ਜਿੱਤ ਯਕੀਨੀ ਹੈਗੀ ਹੈ ਅਤੇ ਕਿੰਨਾ ਮਾਰਜਨ ਹੋਊਗਾ ਰਾਜਾ ਵੜਿੰਗ? ਰਾਜਾ ਵੜਿੰਗ ਇੱਕ ਨਵਾਂ ਕੈਂਡੀਡੇਟ ਹੈ ਜੀ ਬਠਿੰਡੇ ਵਾਸਤੇ। ਬਠਿੰਡੇ ਦਾ, ਬਠਿੰਡੇ ਬਾਰੇ ਉਹਨੂੰ ਕਿਸੇ ਚੀਜ਼ ਦੀ ਕੋਈ ਨੌਲੇਜ ਨਹੀਂ, ਬਠਿੰਡੇ ਦੀ ਕੋਈ ਉਹਨੂੰ ਨਬਜ਼ ਦਾ ਨਹੀਂ ਪਤਾ ਵੀ ਲੋਕਾਂ ਦੀ ਕੀ ਨਬਜ਼ ਹੈ। ਪਰ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਹਰ ਕੋਈ ਜਾਣਦਾ। 10 ਸਾਲ ਤੋਂ ਬੀਬਾ ਜੀ ਸਾਡੇ ਵਿੱਚ ਵਿਚਰ ਰਹੇ ਹੈ, ਲੋਕ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਜਿਤਾਉਣਗੇ। ਅਸੀਂ ਪਿਛਲੀ ਵਾਰ ਬੀਬਾ ਹਰਸਿਮਰਤ ਕੌਰ ਬਾਦਲ ਬਠਿੰਡੇ ਤੋਂ 30,000 ਵੋਟ 'ਚ ਘਟੇ ਸੀਗੇ, ਪਰ ਇਸ ਵਾਰ ਬੀਬਾ ਜੀ ਇਕੱਲੇ ਬਠਿੰਡੇ ਦੇ ਵਿੱਚੋਂ 50,000 ਵੋਟ ਨਾਲ ਵਧਣਗੇ, ਬਾਕੀ ਜਿਹੜੀ ਓਵਰਆਲ ਵਧਣੀ ਹੈ ਉਹ ਤੁਸੀਂ ਪਲੱਸ ਕਰ ਲਿਓ। ਧੰਨਵਾਦ ਜੀ। ਜਤਿੰਦਰ ਸਿੰਘ ਸ਼ੈਂਟੀ ਨਾਲ ਗੱਲ ਕੀਤੀ ਸੀ, ਜਿਹਨਾਂ ਇੱਕ ਵੱਡੇ ਦਾਅਵੇਦਾਰੀ ਕੀਤੀ ਹੈਗੀ ਆ ਕਿ ਇਹ ਜਿਹੜੀ ਸੀਟ ਹੈਗੀ ਆ ਬੀਬਾ ਬਾਦਲ ਜਿੱਤਣਗੇ, ਜਿਹੜੀ ਕਿ ਇਸ ਟਾਈਮ ਬਠਿੰਡੇ ਦੀ ਸੀਟ ਆ। ਰਾਜਾ ਵੜਿੰਗ ਕਹਿੰਦੇ ਕਿ ਇੱਥੋਂ ਹਾਰ ਦਾ ਸਾਹਮਣਾ ਵੇਖਣਾ ਕਰਨਾ ਪਊਗਾ ਉਹਨਾਂ ਨੂੰ।
ਆਪਣਾ ਪਰਮਜੀਤ ਸਿੰਘ ਰਾਣਾ ਦਿੱਲੀ ਤੋਂ ਆਏ ਹੈਗੇ ਆ ਸਪੈਸ਼ਲ ਤੌਰ ਤੇ ਪਹਿਲਾਂ ਫਤਿਹ ਸਾਂਝ ਪਾਉਂਦੇ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਲੱਗਦਾ ਬਠਿੰਡੇ ਵਾਲੀ ਸੀਟ ਦਾ ਕਿਵੇਂ ਲੈਣਾ ਤੁਸੀਂ ਪਿਛਲੇ ਦਿਨਾਂ ਤੋਂ ਜਿਸ ਤੋਂ ਅਸੀਂ ਲੋਕਾਂ ਦੇ ਘਰਾਂ 'ਚ ਜਾ ਰਹੇ ਹਾਂ ਸੰਗਤ ਦੇ ਘਰਾਂ 'ਚ ਜਾ ਰਹੇ ਹਾਂ ਬੜਾ ਵੱਡਾ ਹੁੰਗਾਰਾ ਮਿਲ ਰਿਹਾ ਸਤਿਕਾਰ ਮਿਲ ਰਿਹਾ ਮੈਨੂੰ ਲੱਗਦਾ ਜਿਹੜੇ ਕੀਤੇ ਕੰਮ ਸ਼੍ਰੋਮਣੀ ਅਕਾਲੀ ਦਲ ਵੱਲੋਂ ਔਰ ਬੀਬਾ ਜੀ ਵੱਲੋਂ ਇੱਥੇ ਆਏ ਨੇ ਅੱਜ ਦਿਖਦੇ ਪਏ ਨੇ ਅੱਜ ਬਠਿੰਡੇ ਦੀ ਸ਼ਕਲ ਪੂਰੀ ਚੇਂਜ ਹੋ ਚੁੱਕੀ ਹੈ 5 ਸਾਲ ਪਹਿਲੇ ਜਦ ਅਸੀਂ ਆਏ ਸੀ ਤਦ ਬਠਿੰਡੇ ਦਾ ਹੋਰ ਸੀ ਅੱਜ ਹੋਰ ਅਪਗ੍ਰੇਡ ਹੋਇਆ ਹੋਇਆ ਸੋ ਮੈਨੂੰ ਲੱਗਦਾ ਜਿਹੜੇ ਕੀਤੇ ਕੰਮ ਨੇ ਉਹ ਥਾਂ ਪਏ ਨੇ ਜਿਵੇਂ ਜਿਵੇਂ ਅਸੀਂ ਸਾਰੇ ਵਰਕਰ ਘਰਾਂ ਘਰਾਂ ਵਿੱਚ ਜਾ ਰਹੇ ਹਾਂ ਬੜਾ ਸਤਿਕਾਰ ਮਿਲ ਰਿਹਾ ਲੋਕ ਖੁੱਲ੍ਹੀਆਂ ਬਾਹਾਂ ਨਾਲ ਹਰਾ ਨਿੱਘਾ ਸਵਾਗਤ ਕਰ ਰਹੇ ਹਾਂ ਸੋ ਜਿੱਥੇ ਰਾਜਾ ਵੜਿੰਗ ਇਹ ਗੱਲ ਕਹਿੰਦਾ ਵੀ ਸਾਨੂੰ ਹਾਰ ਨਹੀਂ ਮੈਨੂੰ ਲੱਗਦਾ ਕਿ ਜਿਹੜਾ ਇੰਦਰਾ ਗਾਂਧੀ ਦੀ ਆਪਣੇ ਗੱਲ 'ਚ ਫੋਟੋ ਪਾ ਕੇ ਆਪਣੀ ਮਾਂ ਕਹਿੰਦਾ ਜਿਹੜਾ ਕਹਿੰਦਾ ਬਈ ਹਿੰਦੂ ਸਿੱਖ ਭਾਈਚਾਰੇ ਨੂੰ ਭੜਕਾਉਣ ਦੀ ਗੱਲ ਕਰਦਾ ਉਹ ਜਿਹੇ ਲੀਡਰ ਕਿੱਥੇ ਆ ਕਿੱਥੇ ਗਈ ਉਹਦੀਆਂ ਦੋ ਦੋ ਇਨੋਵਾ ਹਰ ਇਲਾਕੇ ਦੇਣ ਦੀਆਂ ਕਿ ਮੈਂ ਵਿਆਹਾਂ 'ਤੇ ਇਨੋਵਾ ਦੇਊਂਗਾ ਇਲਾਜ ਵਾਸਤੇ ਦਊਂਗਾ ਸੋ ਰਾਜਾ ਵੜਿੰਗ ਦਾ ਇਤਿਹਾਸ ਚੱਕ ਲਓ ਕਿੰਨੇ ਮੁਕਦਮੇ ਕਿੰਨੇ ਕੇਸ ਕਿੰਨੇ ਜ਼ਮੀਨਾਂ ਦੇ ਕਬਜ਼ੇ ਨੇ ਮੈਨੂੰ ਲੱਗਦਾ ਨਹੀਂ ਕਿ ਉਹਦੇ ਬਾਰੇ ਸਾਨੂੰ ਗੱਲ ਵੀ ਕਰਨੀ ਚਾਹੀਦੀ ਹੈ ਰਾਣਾ ਜੀ ਇੱਕ ਵਿਰੋਧੀ ਧਿਰ ਵੱਲੋਂ ਨਿਸ਼ਾਨੇ 'ਤੇ ਲਿਆ ਜਾ ਰਿਹਾ ਅਕਾਲੀ ਦਲ ਨੂੰ ਕਿ ਅਕਾਲੀ ਦਲ ਜਿੱਥੇ ਵੀ ਆਪਣਾ ਯੋਗਦਾਨ ਪਾਉਂਦਾ ਹੈਗਾ ਵਾ ਜਿਵੇਂ ਬਠਿੰਡੇ ਸੀਟ ਦੇ ਵਿੱਚ ਇਹਦੇ ਵਿੱਚ SGPC ਦਾ ਦਿੱਲੀ ਗੁਰਦੁਆਰਾ ਕਮੇਟੀ ਬਹੁਤ ਵੱਡਾ ਯੋਗਦਾਨ ਹੁੰਦਾ ਵਾ ਇਹਨਾਂ ਨੂੰ ਦਿੱਲੀ ਕਮੇਟੀ ਨੂੰ ਅਤੇ SGPC ਨੂੰ ਅੱਗੇ ਨਹੀਂ ਆਉਣਾ ਚਾਹੀਦਾ ਨਹੀਂ ਇੱਕ ਗੱਲ ਸਮਝੋ ਜਿੰਨਾ ਵੀ ਦਿੱਲੀ ਕਮੇਟੀ 'ਚ ਇਸਲੇ ਮੈਂਬਰ ਸਾਹਿਬਾਨ ਨੇ ਉਹ ਸਾਰੇ ਵਰਕਰ ਤਾਂ ਅਕਾਲੀ ਦਲ ਦੇ ਨੇ ਨਾ ਅਕਾਲੀ ਦਲ ਦੇ ਬੈਨਰ ਥੱਲੇ ਲੜੇ ਨੇ ਅਤੇ ਅਕਾਲੀ ਦਲ ਦੀ ਜਿੱਥੇ ਵੀ ਲੜਾਈ ਹੋਏਗੀ ਜਿੱਥੇ ਵੀ ਉਹਨਾਂ ਦੀ ਚੋਣ ਹੋਏਗੀ ਉੱਥੇ ਇਹ ਵਰਕਰ ਪਹੁੰਚਣਗੇ ਅੱਜ ਵਰਕਰ ਦੇ ਤੌਰ 'ਤੇ ਸਾਰੇ ਇੱਥੇ ਪਹੁੰਚੇ ਹੋਏ ਚਾਹੇ ਉਹ ਸ਼੍ਰੋਮਣੀ ਕਮੇਟੀ ਦੇ ਹੋਣ ਚਾਹੇ ਦਿੱਲੀ ਕਮੇਟੀ ਦੇ ਹੋਣ ਚਾਹੇ ਕਿਸੇ ਹੋਰ ਸੰਸਥਾ ਦੇ ਹੋਣ ਜਿਹੜੇ ਵੀ ਪਾਰਟੀ ਨਾਲ ਜੁੜੇ ਹੋਏ ਨੇ ਪਾਰਟੀ ਦੇ ਗਰਾਊਂਡ ਨਾਲ ਜੁੜੇ ਹੋਏ ਨੇ ਪਾਰਟੀ ਦੀ ਇੱਕ ਲੜਾਈ ਹੈ ਇੱਕ ਵੱਡਾ ਮਹਾਯੁੱਧ ਹੈ ਮਹਾਯੁੱਧ ਹੈ ਅਸੀਂ ਉਹਦੇ 'ਚ ਸ਼ਾਮਿਲ ਹੋਏ ਹਾਂ ਵੱਧ ਚੜ੍ਹ ਕੇ ਸ਼ਾਮਿਲ ਹੋਏ ਹਾਂ ਪਰ ਪਾਰਟੀਆਂ 'ਤੇ ਜਦੋਂ ਲੜਾਈ ਤਾਂ ਪਾਰਟੀਆਂ ਦੀ ਹੈਗੀ ਹੈ ਜਦੋਂ ਲੰਗਰ ਲਾਏ ਜਾਂਦੇ ਕਿਹਾ ਜਾਂਦਾ ਕਿ SGPC ਲੰਗਰ ਲਾਏ ਜਾਂਦੇ ਹੈਗੇ ਆ ਇਹਦੇ ਵਿੱਚ ਜਿਹੜਾ ਕਿ ਗੁਰੂ ਮਹਾਰਾਜ ਨੂੰ ਜਿਹੜਾ ਉੱਥੇ ਆਪਾਂ ਦਸਵੰਧ ਦਿੰਦੇ ਹੈਗੇ ਹਾਂ ਉਹਦੇ ਵਿੱਚ ਲੰਗਰ ਲੱਗਦੇ ਦੇਖੋ ਇਹ ਜਾਂ ਤਾਂ ਸਾਬਿਤ ਕਰਨ ਹੁਣ ਮੈਂ ਤੁਹਾਡੇ 'ਤੇ ਇਲਜ਼ਾਮ ਲਾ ਦੇਵਾਂ ਕਿ ਤੁਸੀਂ ਸ਼੍ਰੋਮਣੀ ਗੱਡੀ 'ਤੇ ਘੁੰਮ ਰਹੇ ਹੋ ਉੱਥੇ ਪੂਰੇ ਅਕਾਲ ਚੈਨਲ ਘੁੰਮ ਰਿਹਾ ਅਤੇ ਇਹ ਪੋਸੀਬਲ ਹੈ ਕਹਿਣਾ ਬੜਾ ਸੌਖਾ ਪ੍ਰੂਫ ਕਰਨ ਗੱਲ ਕਰਨ ਹਾਂ ਸੰਗਤ ਜਿਹੜੇ ਇੱਥੇ ਪਹੁੰਚੀ ਅਸੀਂ ਆਪਣਾ ਦਸਵੰਧ ਕੱਢਦੇ ਹਾਂ ਅਸੀਂ ਸਾਰੇ ਇਕੱਠੇ ਹਾਂ ਜਿੱਥੇ ਗੁਰੂ ਘਰ ਦਾ ਕੰਮ ਉੱਥੇ ਗੁਰੂ ਘਰ ਦਾ ਕੰਮ ਹੁੰਦਾ ਜਿੱਥੇ ਪਾਰਟੀ ਦਾ ਕੰਮ ਹੈ ਪਾਰਟੀ ਲੈਵਲ 'ਤੇ ਕੰਮ ਕਰਦੇ ਹਾਂ 10 ਸਾਲ ਦਾ ਕਾਰਜਭਾਰ ਅਕਾਲੀ ਦਲ ਨੇ ਤੁਹਾਡਾ ਸਹਿਯੋਗ ਸੀ ਤੁਸੀਂ ਆਪ ਹੀ ਦੱਸ ਰਹੇ ਹੈਗੇ ਹਾਂ ਅਤੇ ਇਸ ਟਾਈਮ ਦੇ ਉੱਤੇ ਇੱਕ ਬੜੀ ਵੱਡੀ ਗੱਲ ਜਿਹੜੀ ਸਾਹਮਣੇ ਆਉਂਦੀ ਆ ਕਿਉਂਕਿ 84 ਕਿਤੇ ਨਾ ਕਿਤੇ ਇਸ ਚੋਣਾਂ ਦੇ ਵਿੱਚ ਭੁੱਲ ਚੁੱਕੀ ਆ ਅਤੇ ਗੁਰੂ ਮਾਤਾ ਦੀ ਬੇਬਤੀਆਂ ਦੀ ਗੱਲ ਸਾਹਮਣੇ ਆਉਂਦੀ ਆ ਅਤੇ ਬੀਬਾ ਹਰਸਿਮਰਤ ਕੌਰ ਦੇ ਆਪਾਂ ਬਠਿੰਡੇ ਹਲਕੇ ਦੀ ਗੱਲ ਕਰਦੇ ਹਾਂ ਅਤੇ ਜਾਂ ਸੁਖਬੀਰ ਸਿੰਘ ਬਾਦਲ ਜਿੱਥੋਂ ਖੜੇ ਹੈਗੇ ਕਿਤੇ ਨਾ ਕਿਤੇ ਵਿਰੋਧ ਦਾ ਬਹੁਤ ਸਾਹਮਣਾ ਕਰਨਾ ਪੈ ਰਿਹਾ ਦੇਖੋ ਬੜੀ ਸਿੱਧੀ ਗੱਲ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਪਬਲਿਕ ਪਲੇਟਫਾਰਮ 'ਤੇ ਔਨ ਰਿਕਾਰਡ ਕਿਹਾ ਹੈ ਜਿਹਨੇ ਕਰਾਈ ਹੈ ਉਹਦਾ ਕੱਖ ਨਾ ਰਹੇ ਜਿਹਨੇ ਕੀਤੀ ਉਹਦਾ ਕੱਖ ਨਾ ਰਹੇ ਹੁਣ ਇਸ ਤੋਂ ਵਧਾ ਕੀ ਤੁਹਾਨੂੰ ਖਿਓਟੀ ਦੇਈਏ ਮੈਨੂੰ ਲੱਗਦਾ ਕਿ ਸੁਖਬੀਰ ਸਿੰਘ ਬਾਦਲ ਆਪ ਇਸ ਗੱਲ ਨੂੰ ਕਹਿ ਰਹੇ ਨੇ ਅਤੇ ਪਾਰਟੀ ਪ੍ਰਧਾਨ ਕਹਿ ਰਿਹਾ ਅਤੇ ਇਸ ਤੋਂ ਬਾਅਦ ਤਾਂ ਗੱਲ ਰਹਿੰਦੀ ਨਹੀਂ ਬਾਕੀ ਗੁਰੂ ਦੇ ਘਰ ਜਿਹੜਾ ਵੀ ਇਹੋ ਜਿਹਾ ਵਿਲਕਣਾ ਕਰਦਾ ਗੁਰੂ ਆਪ ਉਹਨਾਂ ਨਾਲ ਸਮਝਦਾ ਪਰ ਵਿਰੋਧੀ ਧਿਰ ਦਾ ਕੰਮ ਹੈ ਇਸ ਵੇਲੇ ਉਹਨੂੰ ਗੱਲ ਚੁੱਕਣਾ ਉਹ ਚੁੱਕ ਰਹੀ ਹੈ ਪਰ ਸਾਰੇ ਹੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਨੇ ਸਾਰੇ ਹੀ ਆਪਣੇ ਗੁਰੂ ਨੂੰ ਸਮਰਪਿਤ ਨੇ ਕੋਈ ਵੀ ਸਿੱਖ ਮੈਂ ਕਹਿੰਦਾ ਕੋਈ ਵੀ ਸਿੱਖ ਚਾਹੇ ਕਿਸੇ ਵੀ ਧੜੇ 'ਚ ਹੈ ਉਹ ਗੁਰੂ ਗ੍ਰੰਥ ਸਾਹਿਬ ਦੀ ਬੇਬਦੀ ਨਹੀਂ ਕਰ ਸਕਦਾ ਡੇਰਾਵਾਦੀ ਵੋਟ ਨੂੰ ਕਿਵੇਂ ਲੈਂਦ੾ ਆ ਡੇਰਾਵਾਦੀ ਵੋਟ ਦਾ ਬਹੁਤ ਅਸਰ ਹੈਗਾ ਵਾ ਇਸ ਹਲਕੇ ਦੇ ਵਿੱਚ ਐਰ ਕੇ ਕਿੱਧਰ ਭੁਗਤੂ ਅਸੀਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਅਰਦਾਸ ਕਰ ਤੁਰੇ ਹਾਂ ਸੱਚੇ ਪਾਤਸ਼ਾਹ ਆਪ ਕਿਰਪਾ ਕਰੇਗਾ ਅਸੀਂ ਕਿਸੇ ਵੀ ਡੇਰਾਵਾਦ ਜਾਂ ਕਿਸੇ ਵੀ ਇਹੋ ਜਿਹੀ ਗੱਲ 'ਚ ਨਹੀਂ ਪੈਣਾ ਚਾਹੁੰਦੇ ਅਸੀਂ ਸਿਰਫ ਆਪਣੇ ਨਿਸ਼ਾਨੇ 'ਤੇ ਹਾਂ ਸੰਗਤਾਂ ਦੇ ਕੰਮਾਂ ਦੇ ਔਰ ਆਪਣੇ ਕੰਮਾਂ ਦੇ ਆਧਾਰ 'ਤੇ ਕੰਮ ਕਰਨ ਕੈਲੀਫੋਰਨੀਆ ਬਣਾਉਣ ਦੀ ਗੱਲ ਕੀਤੀ ਸੀ ਤੁਸੀਂ ਕੀ ਲੱਗਦਾ ਤੁਹਾਨੂੰ ਤੁਸੀਂ ਵੀ ਗਲੀ ਗਲੀ ਪ੍ਰਚਾਰ ਕਰ ਰਹੇ ਹੈਗੇ ਆ 10 ਸਾਲ ਦਾ ਕਾਰਜਭਾਰ ਵੀ ਭੋਗਿਆ ਹੈਗਾ ਵਾ 5 ਸਾਲ ਦਾ ਬੀਬਾ ਜੀ ਨੇ ਲਗਭਗ ਹੈਟ੍ਰਿਕ ਬਣਾਉਣ ਦੀ ਗੱਲ ਕੀਤੀ ਜਾ ਰਹੀ ਕਿ ਸ਼ਾਇਦ ਹੈਟ੍ਰਿਕ ਬਣੂਗੀ ਤੁਹਾਨੂੰ ਕੀ ਲੱਗਦਾ ਕਿ ਪਿਛਲੇ ਰਿਕਾਰਡ ਦੇ ਹਿਸਾਬ ਨਾਲ ਹੈਟ੍ਰਿਕ ਬਣ ਜੂਗੀ ਦੇਖੋ ਕੰਮਾਂ ਦੇ ਆਧਾਰ 'ਤੇ ਜਿਵੇਂ ਸੰਗਤ ਕੋਲ ਜਾ ਰਹੇ ਹਾਂ ਜਿਵੇਂ ਕਿ ਅਸੀਂ ਘਰਾਂ ਦੇ ਵਿੱਚ ਅਪਰੋਚ ਕਰ ਰਹੇ ਹਾਂ ਜਿਵੇਂ ਸਾਡੀਆਂ ਭੈਣਾਂ ਵੀ ਘਰ ਘਰ ਜਾ ਰਹੀਆਂ ਨੇ ਇਹ ਕਿੱਥੇ ਨਾ ਕਿੱਥੇ ਜਿਹੜਾ ਭਰਵਾਂ ਹੁੰਗਾਰਾ ਮਿਲ ਰਿਹਾ ਇਹ ਸਾਬਿਤ ਕਰਦਾ ਕਿ ਉਹਨਾਂ ਦੇ ਕੰਮਾਂ ਨੂੰ ਲੋਕੀ ਸਲਾਹਣਗੇ ਔਰ ਮੋੜ ਲਾ ਕੇ ਬੀਬਾ ਜੀ ਦੁਬਾਰਾ ਭੇਜਣਗੇ ਬਿਲਕੁਲ ਜੀ ਇਹ ਸਨ ਪਰਮਜੀਤ ਸਿੰਘ ਰਾਣਾ ਜੀ ਦਿੱਲੀ ਤੋਂ ਸਪੈਸ਼ਲ ਤੌਰ 'ਤੇ ਇੱਥੇ ਬੀਬਾ ਹਰਸਿਮਰ ਕੌਰ ਦੇ ਪ੍ਰਚਾਰ ਕਰਨ ਵਾਸਤੇ ਆਏ ਹੈਗੇ ਆ ਅਤੇ ਵਿਰੋਧੀ ਧਿਰ ਨੂੰ ਇਹੋ ਨਿਸ਼ਾਨੇ 'ਤੇ ਲੈ ਰਹੇ ਕਿ ਜਿਹੜੀਆਂ ਉਹ ਗੱਲਾਂ ਕਰਦੇ ਹੈਗੇ ਆ ਸਾਬਿਤ ਕਰਨ ਜੇ ਗੁਰਦੁਆਰਾ ਸਾਹਿਬ ਦੇ ਲੰਗਰਾਂ ਦੀ ਗੱਲ ਕੀਤੀ ਹੈਗੀ ਤਾਂ ਉਹ ਕਹਿੰਦੇ ਕਿ ਇਹ ਸਾਬਿਤ ਕਰਨ ਅਸੀਂ ਫਿਰ ਗੱਲ ਕਰਾਂਗੇ ਅਤੇ ਜੇ ਕਮੇਟੀ ਵੱਲੋਂ ਕੀਤੀ ਕਿ ਦਿੱਲੀ ਕਮੇਟੀ ਜਾਂ SGPC ਜਿਹੜੀ ਕਿ ਇਸ ਟਾਈਮ ਦੇ ਉੱਤੇ ਸਪਸ਼ਟ ਤੌਰ 'ਤੇ ਸਾਹਮਣੇ ਆਉਂਦੀ ਹੈਗੀ ਆ ਉਹ ਕਹਿੰਦੇ ਕਿ ਅਕਾਲੀ ਦਲ ਦਾ ਹਿੱਸਾ ਹੈਗਾ ਵਾ ਦਿੱਲੀ ਕਮੇਟੀ ਅਤੇ ਜਿਹੜੀ SGPC ਹੈਗੀ ਆ ਉਹ ਸਾਹਮਣੇ ਆ ਸਕਦੇ ਹੈਗੇ ਆ ਅਕਾਲੀ ਦਲ ਦੇ ਨਾਲ ਰਲ ਕੇ ਚੱਲ ਸਕਦੇ ਹੈਗੇ ਆ ਇਸ ਟਾਈਮ ਬੀਬਾ ਹਰਸਿਮਰਤ ਕੌਰ
ਅਤੇ ਵੱਡੀ ਦਾਅਵੇਦਾਰੀ ਜਿਵੇਂ ਕਿ ਜਤਿੰਦਰ ਸਿੰਘ ਸ਼ੈਂਟੀ ਨੇ, ਵੀਰ ਵਰਿੰਦਰ ਸ਼ਰਮਾ ਜਿਹੜੇ ਕਿ ਭਾਜਪਾ ਤੋਂ ਹੈਗੇ ਆ ਇੱਥੋਂ ਦੇ ਲੋਕਲ, ਅਤੇ ਜਾਂ ਪਰਮਜੀਤ ਸਿੰਘ ਰਾਣਾ ਜਿਹੜੇ ਕਿ ਹੁਣੇ ਗੱਲਬਾਤ ਕਰਕੇ ਗਏ ਆ, ਉਹਨਾਂ ਦਾਅਵੇਦਾਰੀ ਕੀਤੀ ਹੈਗੀ ਕਿ ਬੀਬਾ ਹਰਸਿਮਰਤ ਕੌਰ ਬਾਦਲ ਜਿੱਤਣਗੇ। ਵੇਖਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਕਿਹਦੀ ਜਿੱਤ ਹੁੰਦੀ ਆ, ਬਠਿੰਡੇ ਤੋਂ ਕੌਣ ਬਾਜੀ ਮਾਰਦਾ ਅਤੇ ਦਿੱਲੀ ਵਾਲੇ ਪਾਸੇ ਨੂੰ ਕੌਣ ਜਾਂਦਾ ਹੈਗਾ, ਬੀਬਾ ਹਰਸਿਮਰਤ, ਰਾਜਾ ਵੜਿੰਗ, ਬੀਬੀ ਬਲਜਿੰਦਰ ਕੌਰ ਅਤੇ ਜਾਂ ਸੁਖਪਾਲ ਸਿੰਘ ਖਹਿਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।